ਅਸੀਂ ਜਦੋਂ ਮੈਂ ਵੀ ਕੰਮ ਹੀ ਕਰਦਾ ਸ਼ੋਪ 'ਤੇ, ਇਹ ਵੀ ਕੰਮ ਹੀ ਕਰਦੇ ਕਿਸੇ ਦੀ ਦੁਕਾਨ 'ਤੇ। ਫਿਰ ਮੈਂ ਉੱਥੇ ਇੱਦੀ ਆਪਸ ਵਿੱਚ ਗੱਲਬਾਤ ਹੋ ਗਈ ਸਾਡੀ, ਮੇਰਾ ਵਿਆਹ ਹੋ ਗਿਆ 21 ਸਾਲ ਦੀ ਉਮਰ ਦੇ ਵਿੱਚ, ਸਾਡੀ ਲਵ ਮੈਰਿਜ ਹੀ ਸੀਗੀ ਅਤੇ ਅਸੀਂ ਆਪ ਕਰਾ ਲਿਆ ਸੀਗਾ। ਜਿੱਦਾਂ ਮੈਂ ਸ਼ੋਪ 'ਤੇ ਕਿਤੇ ਕੰਮ ਕਰਦਾ ਸੀਗਾ, ਫਿਰ ਮੈਂ ਹੌਲੀ ਹੌਲੀ ਮੇਲੇ ਲਾਉਣੇ ਸ਼ੁਰੂ ਕੀਤੇ, ਮੇਲਿਆਂ 'ਤੇ ਜਾ ਜਾ ਕੇ ਅਤੇ ਫਿਰ ਸਟੋਲ ਲਾਉਂਦੇ ਸੀਗੇ। ਹਾਂਜੀ, ਇੱਦਾਂ ਖਿਲਾਉਣੇ ਖਲੂਣੇ ਲਾ ਲਏ ਮੇਲਿਆਂ ਦੇ ਵਿੱਚ, ਅਤੇ ਸਾਰਿਆਂ ਨੇ ਹੱਸਦੇ। ਜਦੋਂ ਪਹਿਲਾਂ ਮੇਲੇ ਲਾਏ, ਵਿਆਹ ਤੋਂ ਬਾਅਦ ਸਾਰੇ ਲੋਕ ਹੱਸਦੇ ਸੀਗੇ ਦੇਖ ਕੇ। ਮੈਂ ਮੇਲੇ ਲਾਉਂਦਾ ਸੀਗਾ, ਕੋਈ ਹੋਰ ਹੁੰਦੀ ਅਗਲੀ ਨੇ ਕਹਿਣਾ ਛੱਡ ਪਰਾਂ, ਕੋਈ ਹੋਰ ਦੇਖ ਲੈਂਦੀ। ਮੈਂ ਮੋਟਰਸਾਈਕਲ ਇਹਨਾਂ ਨੇ ਲਿਆ ਸੀ, ਫਿਰ ਉੱਤੇ ਕਿਸ਼ਤਾਂ ਨੇ ਲਿਆ ਸੀ, ਅਤੇ ਲੋਕ ਕਹਿੰਦੇ ਸੀ ਵਿਆਹ ਤਾਂ ਕੋਈ ਕਰਾਉਣ ਲੱਗਾ, ਤੂੰ ਕਿਹੜਾ ਮੋਟਰਸਾਈਕਲ ਆ ਨਾ, ਤੁਰ ਕੇ ਲੈ ਘਰ ਵਾਲੀ ਨੂੰ ਲੈ ਕੇ ਜਾਇਆ ਕਰਨਾ। ਉਹੀ ਫਿਰ ਬੰਦਾ ਸੋਚ ਲੈਂਦਾ ਕਿ ਜਦ ਮੇਲੇ ਲਾਉਂਦੇ ਆ ਕਿ ਫਿਰ ਇੰਨਾ ਸਮਾਨ ਢੋ ਕੇ ਲੈ ਕੇ ਜਾਣਾ ਮੋਟਰਸਾਈਕਲ 'ਤੇ, ਦੋ ਦੋ ਗੇੜੇ ਲਾਉਣੇ, ਫਿਰ ਔਖਾ ਹੋ ਜਾਂਦਾ ਸੀ ਕਿਉਂਕਿ ਜਿਹੜਾ ਗੱਡੀ ਗੁੱਡੀ ਸੀ ਮੋਟਰਸਾਈਕਲ 'ਤੇ ਢੋਂਦੇ ਹੁੰਦੇ ਸੀ, ਅਤੇ ਉੱਥੇ ਫਿਰ ਤਰਪਾਲ ਲਾਉਣੀ ਡੰਡਿਆਂ ਨਾਲ, ਤੜਕੇ ਉੱਠ ਕੇ ਚੱਲ ਜਾਣਾ। ਵੀਰ ਹੋਣਾ ਦਾ ਐਕਸੀਡੈਂਟ ਕਦੋਂ ਹੁੰਦਾ ਫਿਰ? ਇਹਨਾਂ ਦਾ ਵਿਆਹ ਤੋਂ ਬਾਅਦ ਹੋ ਜਾਂਦਾ, ਸਾਲ ਕੁ ਹੁੰਦਾ ਵਿਆਹ ਨੂੰ, ਉਸ ਤੋਂ ਬਾਅਦ ਹੋ ਜਾਂਦਾ। ਉਦੋਂ 1.5 ਸਾਲ ਸੀ ਕੁੜੀ, ਉਦੋਂ ਹੋਈ ਸੀ 6-7-8 ਮਹੀਨਿਆਂ ਦੀ ਸੀ ਇਹ। ਹਾਂਜੀ, ਫਿਰ ਮੈਨੂੰ ਜਾ ਕੇ 3-4 ਵਜੇ 2 ਦਿਨਾਂ ਬਾਅਦ ਹੋਸ਼ ਆਈ, ਅਤੇ ਮੈਂ ਉੱਠ ਕੇ ਇੱਦੀ ਲੜਦਾ ਰਿਹਾ, ਮੈਂ ਕਿੱਥੇ ਆ ਗਿਆ, ਮੈਂ ਨਰਸਾਂ ਨਾਲ ਲੜੀ ਗਿਆ, ਮੈਨੂੰ ਛੱਡੋ, ਮੈਨੂੰ ਬੰਨਿਆ ਸੀਗਾ, ਪੈਰ ਹੀ ਬੰਨੇ ਸੀਗੇ, ਲੱਤਾਂ ਬੰਨੀਆਂ ਸੀਗੀਆਂ ਉਹਨੇ। ਫਿਰ ਜਿਸ ਵੇਲੇ ਮੈਂ ਉੱਠਿਆ ਅਤੇ ਮੈਂ ਰੌਲਾ ਪਾਈ ਗਿਆ, ਫਿਰ ਉਹਨੇ ਮੇਰੇ ਘਰਦਿਆਂ ਦੱਸਿਆ ਕਿ ਤੁਹਾਡਾ ਬੰਦੇ ਨੂੰ ਹੋਸ਼ ਆ ਗਈ ਆ ਕਿ ਰੌਲਾ ਪਾਉਣ 'ਤੇ ਆ ਹੁਣ। ਫਿਰ ਮੈਂ ਇਹਨਾਂ ਨੂੰ ਦੇਖਿਆ, ਮੈਨੂੰ ਪਛਾਣ ਹੀ ਨਾ ਹੁਣ ਕੌਣ ਹੈਗੇ ਆ, ਮੇਰੇ ਮਾਇੰਡ ਨੂੰ ਕੁਛ ਪਤਾ ਨਹੀਂ ਲੱਗੇ, ਉਹਨੇ ਫਿਰ ਮੈਨੂੰ ਇੱਦੀ ਸੜਾਤਾ। ਇੱਥੇ ਆ ਕੇ ਪਤਾ ਲੱਗਿਆ ਕਿ ਲੋਕ ਗੱਲਾਂ ਕਰਦੇ ਸੀਗੇ, ਤੇਰੀ ਘਰ ਵਾਲੀ ਦੀ ਵੀ ਇੱਦਾਂ, ਕਿਤੇ ਹੋਰ ਕਿਤੇ ਗੱਲਬਾਤ ਹੋ ਜਾਣੀ, ਕਿਤੇ ਇੱਦਾਂ ਹੋ ਜਾਣੀ, ਇੱਦਾਂ ਹੋ ਜਾਣੀ। ਬੈੱਡ 'ਤੇ ਪਈ ਸੀ ਅਤੇ ਲੋਕ ਤੁਹਾਨੂੰ ਬੈੱਡ 'ਤੇ ਬੈਠੇ ਨੂੰ ਇਹ ਗੱਲ ਕਹਿੰਦੇ ਸੀ? ਹਾਂਜੀ ਹਾਂਜੀ, ਇਹ ਮੈਨੂੰ ਮਗਰੋਂ ਫੋਨ ਹੀ ਆਉਂਦੇ ਸੀਗੇ ਕਿ ਇੱਦਾਂ ਇੱਦਾਂ ਕਰਕੇ ਆ ਕਿ ਤੁਹਾਡੀ ਘਰ ਵਾਲੀ ਕੁਛ ਵੀ, ਮਤਲਬ ਕਿ ਉਹਦੀ ਕਦੀ ਕਿਸੇ ਨਾਲ ਜੋੜ ਦੇਣਾ, ਕਦੀ ਕਿਸੇ ਨਾਲ ਜੋੜ ਦੇਣਾ। ਗੱਲਾਂ ਗੱਲਾਂ 'ਚ ਕਹਿੰਦੇ ਹੁੰਦੇ ਸੀ ਕਿ ਉਹ ਹੁਣ ਤਾਂ ਬਿਮਾਰ ਹੀ ਆ, ਹੁਣ ਪਤਾ ਨਹੀਂ ਠੀਕ ਹੋਣਾ ਨਹੀਂ, ਕੋਮਾ ਚੱਲ ਗਿਆ ਹੈ ਨਾ, ਅਤੇ ਲੋਕ ਇਹ ਵੀ ਗੱਲਾਂ ਕਰਦੇ ਇਕੱਲੀ ਦੁਕਾਨ 'ਤੇ ਜਾਂਦੀ ਆ, ਇਕੱਲੀ ਉਹਦੇ ਕੋਲ ਜਾਂਦੀ ਹੈ ਨਾ, ਲੋਕ ਕਹਿੰਦੇ ਪਤਾ ਨਹੀਂ ਕਿੱਥੇ ਜਾਂਦੀ ਆ, ਇੱਦਾਂ ਦੀਆਂ ਬਹੁਤ ਹੀ। ਫਿਰ ਮੈਂ ਇਹਨਾਂ ਨੂੰ ਕਿਹਾ ਛੋਟੀ ਜਿਹੀ ਦੁਕਾਨ ਮੈਨੂੰ ਪਾ ਦਿਉ, ਫਿਰ ਮੈਂ ਦੁਕਾਨ ਇਹਨਾਂ ਨੇ ਪੱਕ ਦਿੱਤੀ ਛੋਟੀ ਜਿਹੀ, ਫਿਰ ਮੇਰੇ ਬੇਟੀ ਹੋਣ ਵਾਲੀ ਹੋ ਗਈ, ਫਿਰ ਮੈਂ ਉਹਦੇ ਨਾਲ ਹੀ ਉਹਨੂੰ ਇੱਦਾਂ ਮੇਰੇ ਪੇਟ 'ਚ ਸੀ, ਮੈਂ 9 ਮਹੀਨੇ ਤੱਕ ਦੁਕਾਨ 'ਤੇ ਜਾਂਦੀ ਸੀ। ਹਾਂਜੀ, ਇਕੱਲੀ ਨੇ ਦੁਕਾਨ, ਦੋਨਾਂ ਨੇ ਜਾਣਾ, ਮੈਨੂੰ ਛੱਡ ਦੇਣਾ, ਮੈਂ ਸਾਰੀ ਦਿਹਾੜੀ ਇੱਦਾਂ ਬੈਠੀ ਰਹਿਣਾ ਕੁੜੀ ਨੂੰ ਲੈ ਪਈ। ਮੈਂ ਔਖਾ ਹੋ ਜਾਂਦਾ, ਲੰਮੇ ਪੈਣ ਨੂੰ ਮੈਨੂੰ ਟਾਈਮ ਮਿਲਦਾ ਹੁੰਦਾ ਸੀ ਕਿ ਚਲ ਲੰਮੇ ਬੰਦਾ ਬਹਿ ਜਾਵੇ, ਲੰਮੇ ਵੀ ਨਹੀਂ ਪੈ ਹੁੰਦਾ ਸੀ, ਇੱਦਾਂ ਹੀ ਬਹਿ ਬਹਿ ਕੇ ਬਸ ਗਾਹਕ ਅਟੈਂਡ ਕਰਨੀ ਅਤੇ ਇੱਦਾਂ ਹੀ ਰਹਿਣਾ, ਪੇਠੇ ਲੱਕ ਰੁਕਣਾ, ਫਿਰ ਰਾਤ ਨੂੰ ਰੋਟੀ ਵੀ ਆ ਕੇ ਬਣਾਉਣੀ। ਬਹੁਤ ਔਖਾ ਟਾਈਮ ਸੀ, ਚਲੋ ਹੌਲੀ ਹੌਲੀ ਨਿਕਲ ਗਿਆ। ਤੁਹਾਨੂੰ ਪਤਾ ਮੈਂ ਘਰਦਿਆਂ ਨੂੰ ਵੀ ਨਹੀਂ ਜ਼ਿਆਦਾ ਦੱਸਦੀ ਹੁੰਦੀ ਸੀ ਆਪਣਿਆਂ ਨੂੰ। ਹਾਂਜੀ, ਕਿਉਂਕਿ ਮੇਰੇ ਡੈਡੀ ਆ ਨਹੀਂ ਨਾ, ਫਿਰ ਮੰਮੀ 'ਚ ਵੀ ਇੱਦਾਂ ਟੈਨਸ਼ਨ ਰਹਿੰਦੀ ਸੀ, ਭਰਾ ਮੇਰਾ ਛੋਟਾ ਮੇਰੇ ਕੋਲ, ਕਿਉਂਕਿ ਉਹ ਵੀ ਕਿਹੜਾ ਕੋਈ ਕੰਮ ਕਰਦਾ ਸੀ, ਘਰਦਿਆਂ ਨੂੰ ਕੁਛ ਨਹੀਂ ਦੱਸਦੀ ਹੁੰਦੀ ਕਿ ਮੈਂ ਕਰਦੀ ਜਾਂ ਕਿੱਦਾਂ ਹੈਂਡਲ ਕਰਨ ਦੀ ਸਭ ਕੁਛ। ਫਿਰ ਮੈਂ ਇਹਨਾਂ ਨੂੰ ਵੀ ਦੱਸਣਾ, ਇਹਨਾਂ ਦੇ ਵੀ ਸੱਟ ਲੱਗੀ ਸੀ ਨਾ, ਫਿਰ ਤੁਹਾਨੂੰ ਪਤਾ ਕਿ ਜੇ ਆਪਾਂ ਦੁੱਖ ਕਿਸੇ ਨੂੰ ਜ਼ਿਆਦਾ ਦੱਸੀਏ ਨਾ, ਫਿਰ ਲੋਕ ਤਮਾਸ਼ਾ ਹੀ ਦੇਖਦੇ ਹੁੰਦੇ। ਫਿਰ ਮੈਂ ਦੱਸਦੀ ਨਹੀਂ ਹੁੰਦੀ ਨਾ ਕਿਸੇ ਨੂੰ ਦੱਸਣਾ, ਆਂਟੀ ਮਾਂਟ ਨਾ ਰਿਸ਼ਤੇਦਾਰ ਨੂੰ ਕਿਸੇ ਨੂੰ ਦੱਸਣਾ, ਮੈਂ ਇਹ ਦੱਸਣਾ ਮੈਂ ਬਹੁਤ ਖੁਸ਼ ਹਾਂ। ਬਹੁਤ ਸਾਥ ਦਿੱਤਾ ਮੇਰਾ, ਮੈਂ ਤਾਂ ਬਹੁਤ ਲੱਕੀ ਹਾਂ, ਮੇਰੀ ਵਾਈਫ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ। ਆਪਣੀ ਖੁਸ਼ੀ ਨਹੀਂ ਦੇਖਦਾ ਹੁਣ ਮੈਂ, ਇਹਦੀ ਖੁਸ਼ੀ ਦੇਖਦਾ ਹੈਗਾ, ਬਟ ਮੈਂ ਆਪਣੇ ਲਈ ਕੁਛ ਨਹੀਂ, ਇਹਦੇ ਲਈ ਜੋ ਵੀ ਕਰਦਾ ਇਹਦੇ ਲਈ ਕਰਦਾ ਹੈਗਾ, ਕਿ ਇਹਨੂੰ ਮੈਂ ਇਹਦਾ ਦੇਣਾ ਨਹੀਂ ਦੇ ਸਕਦਾ, ਮੈਂ ਤਾਂ ਰੋਲੇ ਹੀ ਜਾਣਾ ਸੀਗਾ ਤੇਰੇ ਕੋਲ। ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ। ਅਕਸਰ ਕੁਝ ਵੱਖਰਾ ਲੈ ਕੇ ਆਉਂਦੇ ਹਾਂ ਤੁਹਾਡੇ ਸਾਹਮਣੇ, ਅਤੇ ਅੱਜ ਇੱਕ ਹੋਰ ਵੱਖਰੀ ਜਿਹੀ ਕਹਾਣੀ ਲੈ ਕੇ ਆਏ ਹਾਂ। ਅਤੇ ਇੱਕ ਛੋਟੀ ਜਿਹੀ ਬੱਚੀ ਤੁਸੀਂ ਇੰਸਟਾਗ੍ਰਾਮ 'ਤੇ ਦੇਖੀ ਹੋਊਗੀ, ਸਹਿਜ ਮੇਰੇ ਨਾਲ ਬੈਠੀ ਹੈ ਅੱਜ, ਅਤੇ ਬਹੁਤ ਸਾਰੀਆਂ ਇਹਦੀਆਂ ਵੀਡੀਓਜ਼ ਤੁਸੀਂ ਦੇਖੀਆਂ ਹੋਊਗੀਆਂ, ਬਹੁਤ ਫਨੀ ਵੀਡੀਓਜ਼ ਹੁੰਦੀਆਂ, ਦੇਖ ਕੇ ਵਧੀਆ ਲੱਗਦਾ ਆ। ਅੱਜ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ, ਇਸਦੇ ਪੇਰੈਂਟਸ ਵੀ ਸਾਡੇ ਨਾਲ ਮੌਜੂਦ ਹੈ। ਬਹੁਤ ਸੰਘਰਸ਼ ਕੀਤਾ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ। ਵੀਰ ਹੁਣੇ ਜਦੋਂ ਵਿਆਹ ਹੁੰਦਾ ਹੈ, ਵਿਆਹ ਤੋਂ ਬਾਅਦ ਵੀਰ ਹੁਣਾਂ ਦਾ ਐਕਸੀਡੈਂਟ ਹੋ ਜਾਂਦਾ ਆ, ਅਤੇ ਐਕਸੀਡੈਂਟ ਥੋੜ੍ਹਾ ਇੰਨਾ ਖਤਰਨਾਕ ਹੁੰਦਾ ਹੈ ਕਿ ਇਹ ਕੋਮਾ ਵਿੱਚ ਚਲੇ ਜਾਂਦੇ ਨੇ, 15 ਦਿਨ ਕੋਮਾ ਵਿੱਚ ਰਹਿੰਦੇ ਨੇ, 1.5 ਮਹੀਨੇ ਬਾਅਦ ਹੋਸ਼ ਆਉਂਦੀ ਆ, ਅਤੇ 1.5 ਮਹੀਨੇ ਬਾਅਦ ਇਹਨਾਂ ਨੂੰ ਹੌਲੀ ਹੌਲੀ ਪਤਾ ਚੱਲਦਾ ਵੀ ਮੇਰਾ ਪਰਿਵਾਰ ਹੈ ਪਿੱਛੇ, ਪਰਿਵਾਰ ਸਟਰਗਲ ਕਰ ਰਿਹਾ ਪਿੱਛੇ, ਜਿਹੜੇ ਵਾਈਫ ਨੇ ਇਹ ਇਕੱਲੇ ਰਹਿ ਜਾਂਦੇ ਨੇ, ਅਤੇ ਸਾਰਾ ਕੰਮ ਅਤੇ ਇਹਨਾਂ ਨੂੰ ਵੀ ਸੰਭਾਲਣਾ, ਲੋਕਾਂ ਦੀਆਂ ਗੱਲਾਂ ਵੀ ਸੁਣੀਆਂ, ਬਹੁਤ ਕੁਝ ਸੁਣਿਆ ਇਹਨਾਂ ਨੇ। ਅਤੇ ਇਹ ਛੋਟੀ ਜਿਹੀ ਬੱਚੀ ਉਦੋਂ 1.5-2 ਸਾਲ ਦੀ ਸੀਗੀ, ਤਾਂ ਇਸਨੇ ਆਪਣੀ ਮਾਂ ਦਾ ਬਹੁਤ ਸਾਥ ਦਿੱਤਾ ਆ। ਜਿੰਨਾ ਇਹ ਸਾਨੂੰ
फोन के जरिए या वीडियोज़ के जरिए हसाते ने उन्ना इन्होंने अपनी मम्मा का दिल ला के रखिया तो दिल मम्मा ने जरा संभालिया। गलबात करते हैं साढ़े मौजूद है, सब तो पहला स्वागत कर लें वीर जी, बहुत बहुत स्वागत है। हाँ जी सत श्रीकाल जी, मैम बहुत बहुत स्वागत। सत श्रीकाल, थोड़ा वेलकम। सत श्रीकाल। अच्छा साहब जी, सब तो पहला मैं ना तेरिया वीडियोज़ बहुत देखती हूँ, मैं बहुत सोहनिया लगदियाँ, तो मैं ना सुनिया तू गाने भी बहुत सोहने गाँदी है, गाना सुनाएंगी मैनू कोई? जी और ते ए सोनिया बस ए जिगलदी कोठी जीरो ते परन मनु जिगलदी को जड़ा जड़ा गाना है, पापा कहंदे सी मामा मामा जी ले गांदे तुसी 25-25-50 ओ किदा सीगा 25-25-50 मामू पहला नाली तो गया। ए गाने कौन सिखांदा उल्टे सीधे? मामू। मामू सिखाया? ये मामू ने आप सिखाया सी? अच्छा एक गाना होर सीगा, केड़ा सीगा वो? साडे जिहा पुत, साडे जिहा पुत माफी कर दे, कड़े कम नहीं गल्लां कराईयां तेनू जवानी केड़े कम दी। ये किन्ने सालां दी है? ये 3 साल दी। ए शुरू तो इन्नी शरारती सीगी? हाँ जी शुरू तो ही एक्टिव सी, शुरू तो साल कदी तो तुरन लग पई सी, बोलन भी लग पई सी। अच्छा साल दी बोलन लग गई, जा बच्चे इदा हुंदा ना जे साल दे विच विच जा तो तुरन लगदे आ जा बोलन लगदे, दोनों काम शुरू कर। हाँ जी दोनों ही तुरदी भी सी ते बोलन भी छेती लग पई सी। पापा ते पहले कहना पई सी कि इदा मंजे ते लम्मी पई ना, पापा पकादी रहंदी सी लम्मी पई मंजे ते। किन्ने महीने दी सी? उदों तां मिलदा 8-9 महीने दी सीगी इह। पापा उदों तों गैस लै के इहने छेती बोलना शुरू कर स्टार्ट कर देना कि पापा आपां तां हुण ही करना पई आ। ਜਿੰਨੀ ਇਹ ਸ਼ਰਾਰਤੀ ਹੈ ਮੈਨੂੰ ਲੱਗਦਾ ਰਾਹ 'ਚ ਜਿਹੜਾ ਵੀ ਆਉਂਦਾ ਹੋਊਗਾ ਉਹਨੂੰ ਛੇੜੇ ਬਿਨਾਂ ਜਾਣ ਨਹੀਂ ਦਿੰਦੀ। ਹਾਂਜੀ ਹਾਂਜੀ ਗੱਲ ਦਾ ਹਰ ਇੱਕ ਨੂੰ ਜਵਾਬ ਦਿੰਦੀ ਆ, ਉਹਨੂੰ ਉਲਟ ਜਵਾਬ ਦੇ ਕੇ ਆਊਗੀ, ਜੇ ਕੋਈ ਸਹੀ ਕਹੂਗਾ ਤਾਂ ਉਹਨੂੰ ਸਹੀ ਦਊਗੀ, ਜੇ ਕੋਈ ਗਲਤ ਜਵਾਬ ਕਹੂਗਾ ਤਾਂ ਗਲਤ ਦਊਗੀ। ਇੱਦਾਂ ਦੀ ਹੁਣ ਜਿੱਦਾਂ ਤਾਊ ਛੇੜਦਾ ਰਹਿੰਦਾ ਇਹਨੂੰ ਕਿਸੇ ਵੇਲੇ ਕਿ ਕਿੱਦਾਂ ਕੀ ਕਰਦੀ ਸਹਿ ਤੂੰ, ਉਹਨੂੰ ਵੀ ਜਿੱਦਾਂ ਦਾਦੂ ਸੀਗਾ, ਦਾਦੂ ਨੇ ਪੁੱਛਿਆ ਰੋਟੀ ਲੈ ਕੇ ਤੁਰੀ ਸੀਗੀ, ਦਾਦੂ ਕਹਿੰਦੇ ਰੋਟੀ ਲੈ ਕੇ ਇੱਥੇ ਤੁਰੀ ਆ ਤੂੰ, ਕਹਿੰਦੀ ਕੁੱਤੇ ਨੂੰ ਪਾਉਣ ਚਲੀ ਹੋ ਤੁਹਾਨੂੰ ਥੋੜ੍ਹੀ ਪਾਉਣੀ ਆ। ਇੱਦਾਂ ਮਤਲਬ ਕਿ ਫਨੀ ਫਨੀ ਵੀਡੀਓ ਬਣਾਉਂਦੀ ਰਹੇ, ਉਹ ਕਰਦੀ ਰਹਿੰਦੀ ਗੱਲਾਂ ਬਾਤਾਂ ਵੀ, ਤਾਂ ਸਾਰੇ ਜਣੇ ਫਿਰ ਹੱਸਦੇ ਹੱਸਦੇ ਖੇਡਦੇ ਰਹਿੰਦੇ ਆ, ਵਧੀਆ ਟਾਈਮ ਲੰਘਦਾ ਹੈਗਾ ਇਹਦੇ ਨਾਲ ਸਾਡਾ। ਸਹਿਜ ਕੀ ਗੱਲ ਹੋਈ ਸੀ ਦੱਸੇਂਗੇ ਤੂੰ ਮੈਨੂੰ ਕੀ ਹੋਇਆ ਸੀਗਾ ਉੱਥੇ, ਤੂੰ ਰੋਟੀ ਲੈ ਕੇ ਚੱਲੀ ਸੀਗੀ ਕੁੱਤੇ ਲਈ? ਮੈਂ ਕਿਹਾ ਦਾਦੂ ਕਹਿੰਦੇ ਕਿਹਨੂੰ ਰੋਟੀ ਪਾਉਣ ਚੱਲੀ, ਮੈਂ ਕਿਹਾ ਕੁੱਤੇ ਨੂੰ ਪਾਉਣ ਚੱਲੀ ਹੋਰ ਤੁਹਾਨੂੰ। ਫਿਰ ਦਾਦੂ ਨੇ ਅੱਗੇ ਕੁਛ ਨਹੀਂ ਕਿਹਾ? ਸਹਿਜ ਕੁੱਟ ਨਹੀਂ ਪੈਂਦੀ? ਸਟੱਡੀ ਨੀ ਕਰਦੀ ਹੈਗੀ ਕੁੜੀ ਨੂੰ, ਤੁਸੀਂ ਗਲਤ ਪਾਸੇ ਲਾਈ ਜਾਂਦੇ ਆ, ਕੀ ਇੰਨੀ ਕੀ ਉਹਦੀ ਉਮਰ ਆ ਤੁਸੀਂ? ਹਾਂ ਨਹੀਂ ਸਕੂਲ ਵਾਲੇ ਤਾਂ ਕਮੈਂਟਾਂ ਵਿੱਚ ਸਾਨੂੰ ਗੱਲਾਂ ਕਹਿੰਦੇ ਹੈ ਕਿ ਤੁਸੀਂ ਗਲਤ ਪਾਸੇ ਲਾਈ ਜਾਂਦੇ ਆ ਕੁੜੀ ਨੂੰ, ਕੀ ਉਮਰ ਆ ਉਹਦੀ, ਜਿੱਦਾਂ ਦੀ ਮਾਂ ਉੱਦਾਂ ਦੇ ਕੋਕੋ ਇੱਦਾਂ ਦੇ ਬੱਚੇ ਉਹ ਇੱਦਾਂ ਦੀਆਂ ਗੱਲਾਂ ਕਰਦੇ ਆ ਵਿੱਚ ਕਮੈਂਟਾਂ ਦੇ ਵਿੱਚ। ਚਲੋ ਆਪਾਂ ਤਾਂ ਕਿਸੇ ਨੂੰ ਨਹੀਂ ਜਵਾਬ ਦੇਈਦਾ, ਫਿਰ ਵੀ ਪਰਮਾਤਮਾ ਸ਼ੁਕਰ ਹੀ ਕਰੇਦਾ, ਜੋ ਜਿਹੜਾ ਕਿ ਗਲਤ ਆ ਕੋਈ ਉਹਦਾ ਵੀ ਪਰਮਾਤਮਾ ਭਲਾ ਹੀ ਕਰੇ, ਜਿਹੜਾ ਕੋਈ ਸਹੀ ਕਰਦਾ ਉਹਦਾ ਆਪ ਹੀ ਪਰਮਾਤਮਾ ਨੇ ਕਰਨਾ ਹੈਗਾ। ਇਹਨੂੰ ਤਾਂ ਸ਼ੌਂਕ ਹੋਊਗਾ ਹੈ ਨਾ? ਹਾਂਜੀ ਇਹਨੂੰ ਤਾਂ ਸ਼ੌਂਕ ਆ ਬਿਲਕੁਲ, ਇਹਨੂੰ ਤਾਂ ਬਚਪਨ ਦੇ ਸ਼ੌਂਕ ਆ, ਜਿੱਦਾਂ ਰੇ ਮੰਮੀ ਨੂੰ ਵੀ ਸ਼ੌਂਕ ਸੀਗਾ, ਹੁਣ ਸ਼ੌਂਕ ਤੁਹਾਨੂੰ ਪਤਾ ਗਰੀਬੀ ਕਰਕੇ ਦੱਬ ਹੋ ਜਾਂਦੇ ਆ, ਅਤੇ ਇਹਨਾਂ ਦੇ ਹੁਣ ਸ਼ੌਂਕ ਪਰਮਾਤਮਾ ਨੇ ਪੂਰੇ ਕੀਤੇ ਆ ਸੋਸ਼ਲ ਮੀਡੀਆ ਕਰਕੇ। ਜਿੱਦਾਂ ਇਹਨਾਂ ਨੂੰ ਐਕਟਿੰਗ ਕਰਨ ਦਾ ਬਹੁਤ ਸ਼ੌਂਕ ਸੀ ਵਾਈਫ ਮੇਰੀ ਨੂੰ, ਅਤੇ ਉਹ ਹੁਣ ਐਕਟਿੰਗ ਕਰਦੇ, ਪਹਿਲੇ ਵੀ ਐਕਟਿੰਗ ਕਰਦੇ ਸੀਗੇ ਜਦੋਂ ਮੇਰਾ ਐਕਸੀਡੈਂਟ ਹੋ ਗਿਆ, ਉਹ ਤੋਂ ਪਹਿਲੇ ਵੀ ਕਰਦੇ ਸੀਗੇ, ਬਟ ਫਿਰ ਵੀ ਅਸੀਂ ਪਹਿਲੇ ਕਾਫੀ ਮਾੜੇ ਹਾਲਾਤ ਸੀਗੇ, ਜਿੱਦਾਂ ਮੈਂ ਸ਼ੌਪ 'ਤੇ ਕਿਤੇ ਕੰਮ ਕਰਦਾ ਸੀਗਾ, ਫਿਰ ਮੈਂ ਹੌਲੀ ਹੌਲੀ ਮੇਲੇ ਲਾਉਣੇ ਸ਼ੁਰੂ ਕੀਤੇ, ਮੇਲਿਆਂ 'ਤੇ ਜਾ ਜਾ ਕੇ, ਅਤੇ ਫਿਰ ਸਟੋਲ ਲਾਉਂਦੇ ਸੀਗੇ। ਹਾਂਜੀ ਇੱਦਾਂ ਖਿਲਾਉਣੇ ਖਲੂਣੇ ਲਾ ਲਏ ਮੇਲਿਆਂ ਦੇ ਵਿੱਚ, ਅਤੇ ਸਾਰਿਆਂ ਨੇ ਹੱਸਦੇ ਸੀ, ਤੋਂ ਪਹਿਲਾਂ ਮੇਲਾ ਲਾਏ, ਵਿਆਹ ਤੋਂ ਬਾਅਦ ਸਾਰੇ ਲੋਕ ਹੱਸਦੇ ਸੀਗੇ ਦੇਖ ਕੇ। ਕਿਉਂ ਕੀ ਕਹਿੰਦੇ ਸੀਗੇ? ਕਿ ਵਿਆਹ ਤੋਂ ਬਾਅਦ ਅਕਲ ਆ ਗਈ ਹੁਣ ਟਿਕਾਣੇ ਇਹਦੀ, ਕਿ ਛੇਤੀ ਵਿਆਹ ਕਰਾ ਲਿਆ ਸੀ ਨਾ, ਮੇਰਾ ਵਿਆਹ ਹੋ ਗਿਆ 23 ਸਾਲ ਦੀ ਉਮਰ ਦੇ ਵਿੱਚ, ਸਾਡੀ ਲਵ ਮੈਰਿਜ ਹੀ ਸੀਗੀ, ਅਤੇ ਅਸੀਂ ਆਪ ਕਰਾ ਲਿਆ ਸੀਗਾ। ਕਿੱਦਾਂ ਇੱਕ ਦੂਜੇ ਨੂੰ ਕਿੱਦਾਂ ਮਿਲੇ ਸੀਗੇ? ਅਸੀਂ ਜਿੱਦਾਂ ਮੈਂ ਵੀ ਕੰਮ ਹੀ ਕਰਦਾ ਸ਼ੋਪ 'ਤੇ, ਇਹ ਵੀ ਕੰਮ ਹੀ ਕਰਦੇ ਕਿਸੇ ਦੀ ਦੁਕਾਨ 'ਤੇ, ਫਿਰ ਮੈਂ ਉੱਥੇ ਇੱਦਾਂ ਆਪਸ ਵਿੱਚ ਗੱਲਬਾਤ ਹੋ ਗਈ ਸਾਡੀ, ਫਿਰ ਇਹਨਾਂ ਨੂੰ ਮੈਂ ਕੰਮ ਤੋਂ ਹਟਾ ਲਿਆ, ਅਤੇ ਫਿਰ ਮੈਂ ਆਪ ਹੀ ਇਹਨਾਂ ਨੂੰ ਖਰਚਾ ਪਾਣੀ ਜੋ ਵੀ ਸਾਰਾ ਦਿੰਦਾ ਰਿਹਾ, ਕਿ ਤੁਸੀਂ ਕੰਮ ਨਹੀਂ ਕਰਨਾ ਕਿਤੇ ਵੀ, ਅਤੇ ਮੈਂ ਆਪੇ ਤੁਹਾਡੇ ਨਾਲ ਕਰਦਾ ਰਹੂੰਗਾ। ਘਰਦੇ ਤੁਹਾਡੇ ਮੰਨ ਗਏ ਸੀਗੇ? ਹਾਂਜੀ ਹਾਂਜੀ ਘਰਦੇ ਮੰਨ ਗਏ ਸੀਗੇ, ਘਰਦੇ ਵੱਲੋਂ ਕੋਈ ਨਹੀਂ ਗਲਤ ਰਿਸਪੋਂਸ ਨਹੀਂ ਆਇਆ, ਉਹ ਮੰਨ ਗਏ ਸੀਗੇ, ਇਹਨਾਂ ਵੱਲੋਂ ਵੀ ਮੰਨ ਗਏ ਸੀਗੇ, ਇਹਨਾਂ ਦੇ ਫਾਦਰ ਹੁਣ ਵੀ ਨਹੀਂ ਸੀਗੇ, ਅਤੇ ਮੰਮੀ ਸੀਗੀ ਅਤੇ ਬ੍ਰਦਰ ਸੀ ਇਹਨਾਂ ਦਾ, ਅਤੇ ਉਹਨਾਂ ਦਾ ਵੀ ਬੜਾ ਵਧੀਆ ਸੰਯੋਗ ਰਿਹਾ, ਕੋਈ ਵੀ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ, ਉਹ ਵੀ ਮੰਨ ਗਏ ਸੀਗੇ।
ਇਹਨਾਂ ਨੇ ਇਹ ਰੈਕਟ ਇਹੀ ਕੀਤਾ, ਕੋਈ ਉੱਦਾਂ ਰੈਕਟ ਇੱਦਾਂ ਨਹੀਂ ਕੀਤਾ, ਕਿਉਂਕਿ ਪਿਆਰ ਸਾਡਾ ਲਵ ਮੈਰਿਜ ਸੀਗੀ ਅਤੇ ਫਿਰ ਉਹਨੂੰ ਰਹਿਣਾ ਤਾਂ ਪੈਣਾ ਜੀਵਨ ਸਾਥੀ ਨਾਲ, ਉਹਨੂੰ ਪਤਾ ਸਾਡਾ ਤਾਂ ਪਿਆਰ ਸੱਚਾ ਪਿਆਰ ਸੀਗਾ, ਇਹਦੇ ਕਰਕੇ ਆਪਾਂ ਬਹੁਤਾ ਕੁਛ ਨਹੀਂ ਕੀਤਾ। ਇਹਨਾਂ ਦੇ ਸ਼ੌਂਕ ਮੈਨੂੰ ਪਤਾ ਇਹ ਕੀ ਆ, ਅਤੇ ਇਹਨਾਂ ਨੂੰ ਮੇਰੀ ਮਜਬੂਰੀ ਦਾ ਪਤਾ ਸੀਗਾ। ਤੁਸੀਂ ਦੱਸਿਆ ਹੋਇਆ ਸੀਗਾ ਕਿ ਘਰ ਦੀ ਕੰਡੀਸ਼ਨ ਬਾਰੇ? ਘਰ ਦੀ ਕੰਡੀਸ਼ਨ ਇਹਨਾਂ ਨੂੰ ਫੁੱਲ ਨਹੀਂ ਦੱਸੀ ਸੀਗੀ ਕਿ ਉੱਦਾਂ, ਮਤਲਬ ਕਿ ਦੱਸਿਆ ਸੀਗਾ ਕਿ ਸਾਡਾ ਉੱਦਾਂ ਘਰ ਹੈਗਾ ਆ, ਕਿ ਡੈਡੀ ਸਾਡੇ ਆਹ ਕਰਦੇ, ਮੈਂ ਆਹ ਕੰਮ ਕਰਦਾ ਹਾਂ, ਕਿ ਜੋ ਮੈਂ ਕਰਦਾ ਉਹਦੇ ਸਹਾਰੇ ਚੱਲਣਾ ਪੈਣਾ। ਅਤੇ ਇਹਨਾਂ ਨੇ ਵੀ ਮਗਰੋਂ ਗਰੀਬੀ ਦੇਖੀ ਸੀ, ਇਹਨਾਂ ਨੂੰ ਪਤਾ ਸੀ ਸਾਰਾ ਕੁਛ, ਅਤੇ ਉਹਦੇ ਹਿਸਾਬ ਦੇ ਨਾਲ ਚੱਲਦੇ ਰਹੇ। ਮਤਲਬ ਕਿ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਬਹੁਤ ਮਾੜੀਆਂ ਕੰਡੀਸ਼ਨਾਂ ਦੇ ਵਿੱਚ। ਹੁਣ ਜਿੱਦਾਂ ਹੁਣ ਮੈਂ ਮੇਲੇ ਲਾਉਂਦਾ ਸੀਗਾ, ਕੋਈ ਹੋਰ ਹੁੰਦੀ ਅਗਲੀ ਨੇ ਕਹਿਣਾ ਇਹ ਛੱਡ ਪਰਾਂ, ਕੋਈ ਹੋਰ ਦੇਖ ਲੈਂਦੀ। ਮੈਂ ਪਹਿਲੇ ਵਾਰੀ ਲਾਇਆ ਸੀਗਾ, ਲੋਕ ਦੇਖ ਦਿਖਾਸਦੇ ਸੀਗੇ ਉਦੋਂ, ਅਤੇ ਫਿਰ ਇਹ ਨਹੀਂ ਕਿਤੇ ਜਾਣਾ ਸੀਗਾ, ਇਹ ਵੀ ਜਾਂਦੀ ਜਾਂਦੀ ਸਕੂਟਰੀ ਮਗਰ ਰੋ ਪਈ। ਮੈਂ ਤਾਂ ਦੇਖ ਲਿਆ ਸੀਗਾ ਇਹਨੂੰ ਕਿ ਰੋਣਦੇ ਹੀ ਆ, ਪਰ ਮੈਂ ਦੱਸਿਆ ਨਹੀਂ, ਅੱਜ ਹੀ ਦੱਸਿਆ ਹੁੰਦਾ। ਰੋਣ ਦਾ ਰੀਜ਼ਨ ਕੀ ਸੀਗਾ? ਉਹੀ ਫਿਰ ਬੰਦਾ ਸੋਚ ਲੈਂਦਾ ਕਿ ਜਦ ਮੇਲੇ ਲਾਉਂਦੇ ਆ ਕਿ ਫਿਰ ਇੰਨਾ ਸਮਾਨ ਢੋ ਕੇ ਲੈ ਕੇ ਜਾਣਾ ਮੋਟਰਸਾਈਕਲ 'ਤੇ, ਦੋ ਦੋ ਗੇੜੇ ਲਾਉਣੇ, ਫਿਰ ਔਖਾ ਹੋ ਜਾਂਦਾ ਸੀ, ਕਿਉਂਕਿ ਜਿਹੜਾ ਗੱਡੀ ਗੁੱਡੀ ਸੀ ਮੋਟਰਸਾਈਕਲ 'ਤੇ ਢੋਂਦੇ ਹੁੰਦੇ ਸੀ, ਅਤੇ ਉੱਥੇ ਫਿਰ ਤਰਪਾਲ ਲਾਉਣੀ ਡੰਡਿਆਂ ਨਾਲ, ਤੜਕੇ ਉੱਠ ਕੇ ਚੱਲਣਾ। ਹਾਂਜੀ, ਅਤੇ ਫਿਰ ਜਦੋਂ ਲੋਕ ਇੱਦਾਂ ਗੱਲਾਂ ਕਰਦੇ ਸੀ, ਤੁਸੀਂ ਆਪ ਇੱਕ ਦੂਜੇ ਨੂੰ, ਕਿਉਂਕਿ ਆਪਾਂ ਨੂੰ ਤਾਂ ਪਤਾ ਹੁੰਦਾ ਵੀ ਦੋਨਾਂ ਨੇ ਇੱਕ ਦੂਜੇ ਦਾ ਸਾਥ ਦੇ ਕੇ ਅਸੀਂ ਅੱਗੇ ਵੱਧ ਜਾਣਾ, ਹੈ ਨਾ, ਫਿਰ ਉਸ ਟਾਈਮ ਦੇ ਵਿੱਚ ਜਿਹੜੇ ਲੋਕ ਗੱਲਾਂ ਕਰਦੇ ਸੀਗੇ, ਜਿੱਦਾਂ ਇਹਨਾਂ ਨੂੰ ਕਹਿੰਦੇ ਸੀ ਹੁਣ ਅਕਲ ਆ ਗਈ ਇਹਨੂੰ, ਹੈ ਨਾ, ਵਿਆਹ ਹੋ ਗਿਆ, ਫਿਰ ਉਹ ਚੀਜ਼ਾਂ ਦੁੱਖ ਦਿੰਦੀਆਂ ਸੀਗੀਆਂ? ਦਿੰਦੀਆਂ ਸੀ, ਪਰ ਚਲੋ ਇੰਨੇ ਕੁ ਸਟਰੋਂਗ ਸੀ ਕਿ ਚਲੋ ਇਹ ਕਿਆ ਗਾਂ ਤੋਂ ਗਾਂ ਇੱਦਾਂ ਹੀ ਨਿਕਲ ਹੋਣਾ ਗੱਲਾਂ, ਲੋਕ ਕਰਦੇ ਵੀ ਹੈ ਨਾ, ਚਲੋ ਮਾੜੇ ਵਕਤੇ ਕਰਦੇ ਚੰਗੇ ਵਕਤੇ ਵੀ ਕਰੂਗੇ, ਇਹਦਾ ਪਰਮਾਤਮਾ ਦੇ ਬਸ ਸਹਾਰੇ ਚੱਲੇ ਰਹਿੰਦਾ ਸੀ। ਹਾਂਜੀ, ਅੱਛਾ, ਵੀਰ ਹੋਣਾ ਦਾ ਐਕਸੀਡੈਂਟ ਕਦੋਂ ਹੁੰਦਾ ਫਿਰ? ਇਹਨਾਂ ਦਾ ਵਿਆਹ ਤੋਂ ਬਾਅਦ ਹੋ ਜਾਂਦਾ, ਸਾਲ ਕੁ ਹੁੰਦਾ ਵਿਆਹ ਨੂੰ, ਉਸ ਤੋਂ ਬਾਅਦ ਹੋ ਜਾਂਦਾ। ਉਦੋਂ ਡੇਢ ਕੁ ਸਾਲ ਸੀ ਕੁੜੀ, ਉਦੋਂ ਹੋਈ ਸੀ, 6-7-8 ਮਹੀਨਿਆਂ ਦੀ ਸੀ ਇਹ। ਹਾਂਜੀ, ਕਾਫੀ ਛੋਟੀ ਸੀ ਫਿਰ? ਹਾਂਜੀ, ਇਹ ਛੋਟੀ ਸੀ। ਫਿਰ ਐਕਸੀਡੈਂਟ ਕਿੱਦਾਂ ਹੁੰਦਾ? ਐਕਸੀਡੈਂਟ ਮੈਂ ਇੱਦਾਂ ਨਾ ਸ਼ਾਮ ਨੂੰ ਕੰਮ ਤੋਂ ਆਉਂਦਾ ਸੀਗਾ, ਮੈਨੂੰ ਪਤਾ ਲੱਗਾ ਕੀ ਹੋਇਆ ਕੀ ਨਹੀਂ, ਮੈਨੂੰ ਇੱਦਾਂ ਬਾਜ਼ਾਰ 'ਚੋਂ ਨਿਕਲਿਆ ਮੈਂ, ਜਿੱਦਾਂ ਰੋਡ ਪਾਰ ਕੀਤਾ ਅਤੇ ਯਕਦਮ ਮੈਨੂੰ ਪਤਾ ਹੀ ਨਹੀਂ ਕੁਛ ਵੀ, ਅਤੇ ਮੈਨੂੰ ਫਿਰ ਆਪਣੇ ਇੱਥੇ ਸੜਕੇ 'ਤੇ ਬੰਦਾ ਸੀਗਾ ਕੋਈ, ਅਤੇ ਉਹਨਾਂ ਨੇ ਚੱਕਿਆ। ਮੈਨੂੰ ਕੋਈ ਹੋਸ਼ ਨਹੀਂ ਸੀਗੀ, ਘਰ ਦੇ ਮੇਰੇ ਕਹਿੰਦੇ ਸੀ, ਇਹਨਾਂ ਨੂੰ ਫੋਨ ਕਰਤਾ ਸੀ ਉਹਨਾਂ ਨੇ ਕਿ ਤੁਹਾਡੇ ਮਤਲਬ ਕਿ ਹਸਬੈਂਡ ਦਾ ਐਕਸੀਡੈਂਟ ਹੋ ਗਿਆ, ਇਹਨਾਂ ਨੂੰ ਵੀ ਡਾਇਰੈਕਟ ਹੀ ਦੱਸਤਾ ਸੀਗਾ ਉੱਥੇ, ਇਹਨਾਂ ਦੀ ਵੀ ਹੱਥਾਂ ਪੈਰਾਂ ਨੂੰ ਪੈ ਗਈਆਂ ਉਸ ਵੇਲੇ। ਫਿਰ ਘਰ ਦੇ ਗਏ, ਮੇਰਾ ਬ੍ਰਦਰ ਸੀਗਾ ਵੱਡਾ, ਉਹ ਲਾਣ ਲੈ ਕੇ ਸਾਰਿਆਂ ਨੂੰ ਗਏ, ਅਤੇ ਉੱਥੇ ਮੈਨੂੰ ਇਹ ਕਹਿੰਦੇ ਕਿ ਤੂੰ ਗੱਲਾਂ ਕਰਦਾ ਸੀਗਾ ਕਿ ਮੇਰੀ ਬਾਂਹ ਟੁੱਟ ਗਈ, ਬਟ ਮੈਨੂੰ ਨਹੀਂ ਕੁਛ ਵੀ ਪਤਾ ਕਿ ਮੈਂ ਕਰਦਾ ਸੀ ਕਿ ਨਹੀਂ ਕਰਦਾ ਸੀ ਗੱਲਾਂ, ਇੱਦਾਂ ਮੈਨੂੰ ਨਹੀਂ ਕੋਈ ਹੋਸ਼ ਸੀਗੀ, ਫਿਰ ਕੋਈ ਮਤਲਬ ਮੈਨੂੰ ਕੁਛ ਪਤਾ ਹੀ ਨਹੀਂ ਸੀਗਾ। ਫਿਰ ਮੈਨੂੰ ਜਾ ਕੇ 3-4 ਵਜੇ 2 ਦਿਨਾਂ ਬਾਅਦ ਹੋਸ਼ ਆਈ, ਅਤੇ ਮੈਂ ਉੱਠ ਕੇ ਇੱਦਾਂ ਲੜਦਾ ਰਿਹਾ, ਮੈਂ ਕਿੱਥੇ ਆ ਗਿਆ, ਮੈਂ ਨਰਸਾਂ ਨਾਲ ਲੜੀ ਗਿਆ, ਮੈਨੂੰ ਛੱਡੋ, ਮੈਨੂੰ ਬੰਨਿਆ ਸੀਗਾ, ਪੈਰ ਹੀ ਬੰਨੇ ਸੀਗੇ, ਲੱਤਾਂ ਬੰਨੀਆਂ ਸੀਗੀਆਂ ਉਹਨੇ। ਹਾਂਜੀ, ਪੈਰ ਹੀ ਬੰਨੇ, ਲੱਤਾਂ ਬੰਨੀ, ਜਦੋਂ ਮੈਂ ਉੱਠਿਆ ਮੈਂ ਤਾਂ ਉੱਠਣਾ ਹੋਵੇ। ਫਿਰ ਜਿਸ ਵੇਲੇ ਮੈਂ ਉੱਠਿਆ ਅਤੇ ਮੈਂ ਰੌਲਾ ਪਾਈ ਗਿਆ, ਫਿਰ ਉਹਨੇ ਮੇਰੇ ਘਰਦਿਆਂ ਦੱਸਿਆ ਕਿ ਤੁਹਾਡਾ ਬੰਦੇ ਨੂੰ ਹੋਸ਼ ਆ ਗਈ ਆ ਕਿ ਰੌਲਾ ਪਾਉਣ 'ਤੇ ਆ ਹੁਣ। ਫਿਰ ਮੈਂ ਇਹਨਾਂ ਨੂੰ ਦੇਖਿਆ, ਮੈਨੂੰ ਪਛਾਣ ਹੀ ਨਾ ਹੁਣ ਕੌਣ ਹੈਗੇ ਆ, ਮੇਰੇ ਮਾਇੰਡ ਨੂੰ ਕੁਛ ਪਤਾ ਨਹੀਂ ਲੱਗੇ। ਉਹਨੇ ਫਿਰ ਮੈਨੂੰ ਇੱਦਾਂ ਸੜਾ ਦਿੱਤਾ ਕਿ ਫਿਰ ਮਤਲਬ ਕਿ ਇਹਨਾਂ ਨੇ ਬਾਅਦ 'ਚ ਮੈਨੂੰ ਘਰਦਿਆਂ ਨੇ ਦੱਸਿਆ ਕਿ ਤੇ ਨਾ ਇੱਦਾਂ ਹੋਈ, ਮੈਨੂੰ ਤਾਂ ਨਹੀਂ ਕੁਛ ਪਤਾ ਸੀਗਾ ਕਿ ਮੈਂ ਕੀ ਕਰਨ ਦਿਆ ਹਾਂ। ਹੁਣ ਵੀ ਜਿੱਦਾਂ ਹੁਣ ਵੀ ਮੈਂ ਇੱਕ ਜਗ੍ਹਾ 'ਤੇ ਸੋਚਣ ਵਾਲਾ ਤਾਂ ਮੈਂ ਸੋਚਦਾ ਰਹਿੰਦਾ, ਮਤਲਬ ਕਿ ਮੇਰੇ ਚਿਹਰੇ 'ਚ ਸਮਾਈਲ ਬਹੁਤ ਹੀ ਜ਼ਿਆਦਾ ਨਹੀਂ ਹੁੰਦੀ। ਹੁਣ ਗੱਲ ਕਰਦਾ ਪਿਆ ਮੈਂ, ਇੱਕ ਪਾਸੇ ਮੇਰਾ ਨਿਗਾਹ ਜਾਂ ਟਿਕਾਣ ਕੋਈ ਵੀ ਕਰਦਾ ਪਿਆ ਨਾ, ਚੁੱਪ ਚਾਪ ਬੈਠਾ ਰਹਿੰਦਾ, ਜ਼ਿਆਦਾ ਕਿਸੇ ਨਾਲ ਗੱਲ ਨਹੀਂ ਕਰਦਾ ਹੈਗਾ। ਜਿੱਦਾਂ ਮੈਨੂੰ ਬਾਅਦ 'ਚੋਂ ਘਰਦਿਆਂ ਨੇ ਦੱਸਿਆ ਜੋ ਵੀ ਮੇਰੇ ਨਾਲ ਹੋਇਆ ਨਾ, ਮੈਨੂੰ ਤਾਂ ਨਹੀਂ ਕੁਛ ਵੀ ਪਤਾ ਸੀਗਾ, ਉਹਨਾਂ ਨੇ ਦੱਸਿਆ ਕਿ ਤੇਰੇ ਨਾਲ ਆਹ ਚੀਜ਼ਾਂ ਹੋਈਆਂ। ਬਾਕੀ ਮੈਨੂੰ ਵੀ ਮਤਲਬ ਕਿੱਥੇ ਆ ਕੇ ਪਤਾ ਲੱਗਿਆ ਕਿ ਲੋਕ ਗੱਲਾਂ ਕਰਦੇ ਸੀ ਕਿ ਤੇਰੀ ਘਰ ਵਾਲੀ ਦੀ ਵੀ ਇੱਦਾਂ, ਕਿਤੇ ਹੋਰ ਕਿਤੇ ਗੱਲਬਾਤ ਹੋ ਜਾਣੀ, ਕਿਤੇ ਇੱਦਾਂ ਹੋ ਜਾਣੀ, ਇੱਦਾਂ ਹੋ ਜਾਣੀ, ਇੱਦਾਂ ਦੀਆਂ ਲੋਕ ਵੀ ਗੱਲਾਂ ਕਰਦੇ ਸੀਗੇ। ਬਟ ਮੈਨੂੰ ਆਪਣੀ ਵਾਈਫ 'ਤੇ ਯਕੀਨ ਸੀਗਾ ਕਿ ਨਹੀਂ, ਇਹ ਕਦੀ ਨਹੀਂ ਇਹ ਕੰਮ ਕਰ ਸਕਦੇ। ਬੈੱਡ 'ਤੇ ਪਈ ਸੀ ਅਤੇ ਲੋਕ ਤੁਹਾਨੂੰ ਬੈੱਡ 'ਤੇ ਬੈਠੇ ਨੂੰ ਇਹ ਗੱਲ ਕਹਿੰਦੇ ਸੀਗੇ? ਹਾਂਜੀ ਹਾਂਜੀ, ਇਹ ਮੈਨੂੰ ਮਗਰੋਂ ਫੋਨ ਹੀ ਆਉਂਦੇ ਸੀਗੇ ਕਿ ਇੱਦਾਂ ਦਾ ਕਰਕੇ ਆ ਕਿ ਤੁਹਾਡੀ ਘਰ ਵਾਲੀ ਕੁਛ ਵੀ ਮਤਲਬ ਕਿ ਉਹਦੀ ਕਦੀ ਕਿਸੇ ਨਾਲ ਜੋੜ ਦੇਣਾ, ਕਦੀ ਕਿਸੇ ਨਾਲ ਜੋੜ ਦੇਣਾ, ਇੱਦਾਂ ਨੇ ਗਲਤ ਮਤਲਬ ਕਿ ਦਿੰਦੇ ਸੀਗੇ ਮੈਨੂੰ ਫੋਨ 'ਤੇ ਸਲਾਹਾਂ। ਤੁਸੀਂ ਕੋਮਾ 'ਚ ਵੀ ਰਹੇ, ਕਿੰਨੇ ਦਿਨ ਕੋਮਾ 'ਚ ਰਹਿੰਦੇ ਹੋ? ਮੇਰਾ ਤਕਰੀਬਨ 15-20 ਦਿਨ ਨਹੀਂ ਮੈਨੂੰ ਕੋਈ ਸੀਗਾ ਬਹੁਤਾ, ਉਹ ਤੋਂ ਬਾਅਦ ਤਾਂ ਫਿਰ ਮੈਨੂੰ ਆਪਣੇ ਫੈਮਿਲੀ ਮੈਂਬਰਾਂ ਦਾ ਪਤਾ ਲੱਗਣਾ ਪਿਆ ਸਾਰਿਆਂ ਦਾ। 15 ਦਿਨ ਇਹ ਵੀ ਨਹੀਂ ਤੁਹਾਨੂੰ ਪਹਿਚਾਣ ਰਹਿੰਦੀ ਇਹ ਤੁਹਾਡੀ ਵਾਈਫ ਨੇ ਅਤੇ ਬੱਚਾ ਤੁਹਾਡਾ? ਨਹੀਂ, ਉੱਦਾਂ ਮੇਰੇ ਲਾਗੇ ਕਹਿੰਦੇ ਸੀ, ਬੈਠ ਰਹਿੰਦੇ ਸੀਗੇ, ਬਟ ਜ਼ਿਆਦਾ ਜਣੇ ਅੰਦਰ ਵੀ ਨਹੀਂ ਆਉਣ ਦੇਗਾ ICU ਦੇ ਵਿੱਚ, ਇੱਕ ਅੱਧਾ ਹੀ ਰਹਿਣ ਦਿੰਦੇ ਮੇਰੇ ਕੋਲ, ਅਤੇ ਉਹ ਵੀ ਕੋਈ ਚੱਕਣ ਚੁੱਕਣ 'ਤੇ ਜਾਂ ਕੁਛ ਖਾਣ ਪੀਣ ਦੇ ਵਿੱਚ, ਇਹਦੇ ਕਰਕੇ
ਇਹਨਾਂ ਦੀ ਤਾਂ ਮੈਨੂੰ ਪਛਾਣ ਜਿੱਦਾਂ ਇਹਨਾਂ ਦੀ ਪਛਾਣ ਤਾਂ ਮੇਰੀ ਵਾਈਫ ਦੀ ਤਾਂ ਹੋ ਗਈ ਸੀ ਮੈਨੂੰ, ਕਿਉਂਕਿ ਹਰ ਵੇਲੇ ਮੇਰੇ ਨਾਲ ਰਹਿਣਾ ਇਹਨਾਂ ਦਾ ਮੈਨੂੰ ਪਤਾ ਲੱਗਣਾ ਪਿਆ ਸੀਗਾ ਜੋ ਵੀ ਆ ਗਿਆ ਅਮਨ ਜੋ ਮੈਨੂੰ, ਕਿਉਂਕਿ ਪਿਆਰ ਹੋਇਆ ਸੀਗਾ ਦਿਲੋਂ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਸੱਚਾ ਪਿਆਰ ਤਾਂ ਯਾਦ ਆ ਹੀ ਜਾਂਦਾ ਹੈ ਅਤੇ ਇਹਨਾਂ ਦਾ ਤਾਂ ਮੈਨੂੰ ਪਤਾ ਸੀਗਾ ਤਕਰੀਬਨ। ਬਾਕੀ ਜਿੱਦਾਂ ਫੈਮਿਲੀ ਮੈਂਬਰਾਂ ਦਾ ਮੈਨੂੰ ਛੇਤੀ ਪਤਾ ਲੱਗ ਗਿਆ, ਬਾਕੀ ਬਾਹਰਲਿਆਂ ਦਾ ਨਹੀਂ ਪਤਾ ਲੱਗਦਾ ਹੈਗਾ। ਜਿੱਦਾਂ ਕੋਈ ਰਿਸ਼ਤੇਦਾਰ ਮੈਨੂੰ ਮਿਲਣ ਆਉਂਦਾ ਸੀਗਾ ਉਹਦਾ ਨਹੀਂ ਪਤਾ ਪਛਾਣ ਹੁੰਦਾ ਕੌਣ ਹੈ ਕੌਣ ਨਹੀਂ, ਇੱਦੀ ਮਤਲਬ ਕਿ ਬੁਲਾ ਬੁਲੂ ਕੇ ਚੱਲ ਜਾਂਦੇ ਮੈਨੂੰ ਵੀ ਹੁਮ ਕਰਕੇ, ਮੈਂ ਕਹਿੰਦਾ ਠੀਕ ਆ, ਮੈਨੂੰ ਪਤਾ ਨਹੀਂ ਸੀਗਾ ਕੌਣ ਹੈ ਕੌਣ ਨਹੀਂ ਹੈਗਾ, ਇੰਨੀ ਗੱਲ ਦੀ ਮੈਨੂੰ ਨੌਲੇਜ ਨਹੀਂ ਸੀਗੀ। ਉੱਦਾਂ ਮੈਂ ਉਹਨਾਂ ਨੂੰ ਮਤਲਬ ਕਿ ਕਰ ਦਿੰਦਾ ਹੈਗਾ ਠੀਕ ਆ ਠੀਕ ਆ। ਜਿੱਦਾਂ ਕੰਮ ਕਰਦੇ ਸੀ, ਕੰਮ ਕਰਨ ਵਾਲੇ ਇਹੀ ਸੀਗੇ ਹੈ ਨਾ ਘਰ ਦੇ ਵਿੱਚ, ਘਰ ਦਾ ਗੁਜ਼ਾਰਾ ਇੱਥੋਂ ਹੀ ਹੋਣਾ, ਫਿਰ ਇਹ ਮੰਜੇ 'ਤੇ ਪੈ ਗਏ ਹੈ ਨਾ, ਫਿਰ ਘਰ ਦੇ ਹਾਲਾਤ ਕਿਵੇਂ ਸੀਗੇ, ਤੁਸੀਂ ਇਕੱਲੇ ਪੈ ਗਏ, ਕਿੱਦਾਂ ਹੈਂਡਲ ਕੀਤਾ ਸਾਰਾ ਕੁਛ? ਫਿਰ ਮੈਂ ਇਸ ਕੁੜੀ ਨੂੰ ਨਾਲ ਲੈ ਕੇ ਜਲਦੀ ਉੱਠ ਕੇ ਦੁਕਾਨ 'ਤੇ ਜਾਣਾ, ਫਿਰ ਦੁਕਾਨ ਦਾ ਸਮਾਨ ਲੈ ਕੇ ਆਉਣਾ, ਫਿਰ ਇਹਨਾਂ ਨੂੰ ਰੋਟੀ ਕਈ ਵੇਲੇ ਦੇਣ ਜਾਣਾ, ਕਈ ਵੇਲੇ ਇਹਨਾਂ ਨੇ ਕਹਿਣਾ ਮੇਰੇ ਕੋਲ ਆ ਜਾ, ਫਿਰ ਮੈਂ ਦੱਸਦੀ ਨਹੀਂ ਹੁੰਦੀ ਸੀ ਕਿ ਮੈਂ ਆਹ ਵੀ ਕੰਮ ਕਰਨਾ ਉਹ ਵੀ ਕਰਨਾ, ਫਿਰ ਮੈਂ ਚਲੋ ਟਾਈਮ ਕੱਢ ਕੇ ਚੱਲੀ ਜਾਣਾ ਇਹਨਾਂ ਦੇ ਕੋਲ, ਅਤੇ ਫਿਰ ਕੁੜੀ ਨੂੰ ਇਕੱਲੀ ਨੂੰ ਛੱਡ ਕੇ ਜਾਣਾ ਦਾਦੀ ਦੇ ਕੋਲ, ਇਹਨੇ ਰੋਣਾ ਮਗਰੋਂ, ਫਿਰ ਇਹਨੂੰ ਦੱਸੀ ਦਾ ਨਹੀਂ ਹੁੰਦਾ ਇਹ ਨਾ ਇਹ ਜਲਦੀ ਰੋਣ ਲੱਗ ਪੈਂਦੀ ਆ, ਇਹਨੂੰ ਦੱਸ ਦਿਉ ਤਾਂ। ਤਾਂ ਫਿਰ ਮੈਂ ਥੋੜ੍ਹੇ ਜਿਹੇ ਪੈਸੇ ਸੇਵ ਵੀ ਕੀਤੇ ਸੀ, ਅਤੇ ਫਿਰ ਮੈਂ ਉਹਨਾਂ ਨਾਲ ਥੋੜ੍ਹਾ ਮੋਟਾ ਗੁਜ਼ਾਰਾ ਕੀਤਾ ਘਰ ਦਾ, ਫਿਰ ਦੁਕਾਨ 'ਤੇ ਵੀ ਜਾਂਦੀ ਨਹੀਂ, ਸਵੇਰ ਨੂੰ ਤੜਕੇ ਉੱਠ ਕੇ ਜਾਣਾ ਅਤੇ ਦੁਕਾਨ 'ਤੇ ਫਿਰ ਕੰਮ ਕਰਕੇ ਫਿਰ ਸ਼ਾਮ ਨੂੰ ਇਹਨਾਂ ਦੇ ਕੋਲ ਜਾਣਾ। ਇਹ ਵੀ ਦੱਸਦੇ ਸੀਗੇ ਕਿ ਲੋਕ ਗੱਲਾਂ ਕਰਦੇ ਸੀਗੇ ਕਿ ਇਹਨੇ ਕਿਹੜਾ ਬਚਣਾ ਹੈ ਨਾ, ਤੂੰ ਵਿਆਹ ਕਰਾ ਲੈ ਹੈ ਨਾ, ਇੱਦਾਂ ਦੀਆਂ ਗੱਲਾਂ ਹੁੰਦੀਆਂ ਸੀ, ਕੀ ਕਹਿੰਦੇ ਹੁੰਦੇ ਸੀ? ਮੈਨੂੰ ਤਾਂ ਪਤਾ ਹੀ ਨਹੀਂ ਹੁੰਦਾ ਸੀ ਕਿ ਲੋਕ ਇੱਦਾਂ ਦੀ ਗੱਲਾਂ ਇਹਨਾਂ ਨਾਲ ਕਰਨ ਦੇ ਆ, ਇਹਨਾਂ ਦੇ ਮਗਰੋਂ ਲੋਕਾਂ ਨੇ ਕਰੀ ਜਾਣੀਆਂ ਗੱਲਾਂ, ਤਾਂ ਫਿਰ ਮੈਨੂੰ ਤਾਂ ਦੱਸਦੇ ਨਹੀਂ ਹੁੰਦੇ ਸੀ, ਪਰ ਇਹਨਾਂ ਦੇ ਦਿਮਾਗ 'ਤੇ ਪ੍ਰੈਸ਼ਰ ਪੈਂਦਾ ਰਹਿੰਦਾ ਸੀ। ਫਿਰ ਮੈਂ ਸੋਚਣਾ ਕਿ ਕਰਾਂ, ਕੋਈ ਤਕਲੀਫ ਆ ਨਾ ਕੋਈ ਗੱਲ ਆ, ਮੈਨੂੰ ਲੱਗਦਾ ਜਿਹੜੀ ਮੈਨੂੰ ਦੱਸਦੇ ਨਹੀਂ ਲੋਕ, ਮੇਰੇ ਨਾਲ ਤਾਂ ਬਹੁਤ ਘੱਟ ਕਰਦੇ ਹੁੰਦੇ ਸੀ, ਉੱਦਾਂ ਗੱਲਾਂ ਗੱਲਾਂ 'ਚ ਕਹਿੰਦੇ ਹੁੰਦੇ ਸੀ ਕਿ, ਪਰ ਮੈਂ ਤਾਂ ਨਹੀਂ ਕਹਿੰਦੇ ਸੀ ਗੱਲਾਂ 'ਚ, ਗੱਲਾਂ ਗੱਲਾਂ 'ਚ ਕਹਿੰਦੇ ਹੁੰਦੇ ਸੀ ਕਿ ਉਹ ਹੁਣ ਤਾਂ ਬਿਮਾਰ ਹੀ ਆ, ਹੁਣ ਪਤਾ ਨਹੀਂ ਠੀਕ ਹੋਣਾ ਨਹੀਂ, ਕੋਮਾ 'ਚ ਚਲ ਗਿਆ ਹੈ ਨਾ। ਅਤੇ ਲੋਕ ਇਹ ਵੀ ਗੱਲਾਂ ਕਰਦੇ ਸੀ, ਇਕੱਲੀ ਦੁਕਾਨ 'ਤੇ ਜਾਂਦੀ ਆ, ਇਕੱਲੀ ਉਹਦੇ ਕੋਲ ਜਾਂਦੀ ਹੈ ਨਾ, ਲੋਕ ਕਹਿੰਦੇ ਪਤਾ ਨਹੀਂ ਕਿੱਥੇ ਜਾਂਦੀ ਆ, ਇੱਦਾਂ ਦੀਆਂ ਬਹੁਤ ਹੀ। ਹਾਂਜੀ, ਹੁਣ ਵੀ ਜਦੋਂ ਕਿਤੇ ਜੇ ਵੀਡੀਓ ਬਣਾਉਣ ਲੱਗਦੇ ਆ ਆਪਣੀ, ਜੇ ਕੋਈ ਵਿਚਾਰ ਵੇ ਕੋਈ ਵੀ ਕਹਿੰਦੇ ਸਾਨੂੰ ਨਾ ਵਿੱਚ ਲਿਆਓ, ਸਾਨੂੰ ਨਾ ਵਿੱਚ ਲਿਆਓ, ਅੱਛਾ ਕੀ ਕਹਿੰਦੇ, ਲੁੱਚ ਪੋ ਕਰਦੇ ਆ। ਅੱਛਾ, ਹਾਂਜੀ, ਬਹੁਤ ਆ ਕਈ ਸਾਡੇ ਪਿੰਡ ਦੇ ਵੀ ਆ, ਕਹਿੰਦੇ ਸਾਨੂੰ ਵੇਚਣਾ ਲਿਆਓ ਜੀ, ਤੁਸੀਂ ਲੁੱਚ ਪੋ ਜੀ, ਆਹ ਕੀ ਸਾਡੀ ਕੁੜੀਆਂ ਕੁਆਰੀਆਂ ਜੀ ਹਲੇ ਸਾਡੇ, ਅਸੀਂ ਨਹੀਂ ਵੇਚਾਉਣਾ, ਸਾਡੇ ਆਪ ਕਹਿ ਦਿੰਦੇ ਬਾਹਰਲੇ ਵੀ ਆਪਣੇ ਵੀ, ਤੁਹਾਨੂੰ ਪਤਾ ਹੀ ਆ ਕਈ ਕਹਿ ਦਿੰਦੇ ਆ, ਫਿਰ ਆਪਾਂ ਆਪਣਾ ਹੀ ਕਰੀਦਾ, ਆਪਾਂ ਕਿਸੇ ਨੂੰ ਵਿੱਚ ਨਹੀਂ ਲਿਆਈਦਾ। ਹਾਂਜੀ, ਉਹਨਾਂ ਦੀ ਨਜ਼ਰ ਦੇ ਵਿੱਚ ਇਹ ਕੰਜਰਖਾਨਾ ਵੀ, ਤੁਸੀਂ ਕੰਜਰਖਾਨਾ ਕਰਦੇ ਹੋ, ਸਾਨੂੰ ਵੇਚਣਾ ਲੈ ਕੇ ਆਓ, ਕਈ ਵਿੱਚ ਕਹਿੰਦੇ ਆ ਕਿ ਕੰਜਰਖਾਨਾ ਕਰਦੀ ਰਹਿੰਦੀ ਆ ਆਪਣੀ ਕੁੜੀ ਨੂੰ ਵੀ, ਕਿਉਂਕਿ ਉਹਨੂੰ ਤਾਂ ਸ਼ੌਂਕ ਹੀ ਆ ਨਾ ਨਿਆਣੇ ਨੂੰ, ਜੇ ਉਹ ਕੁਛ ਕਰਦੀ ਆ ਤਾਂ ਆਪਾਂ ਉਹ ਵੀਡੀਓ ਬਣਾ ਲਈਦੀ ਆ, ਅਤੇ ਉੱਦਾਂ ਤਾਂ ਕੁਛ ਨਹੀਂ ਕਰੀਦਾ ਕਿਹੜਾ, ਉਹਨੂੰ ਕਹੀਦਾ ਕਿ ਤੂੰ ਇੱਦਾਂ ਬੋਲ ਜਾਂ ਕਰ, ਕਿਉਂਕਿ ਉਹ ਨਿਆਣਾ ਤਾਂ ਆਟੋਮੈਟਿਕ ਆਪ ਬੋਲਦਾ ਆ। ਲੋਕ ਕਹਿੰਦੇ ਕੁੜੀ ਨੂੰ ਕੰਜਰਖਾਨਾ ਸਿਖਾਉਂਦੀ ਆ, ਤੈਨੂੰ ਗਾਂਹ ਜਾ ਕੇ ਪਤਾ ਲੱਗੂ, ਤੈਨੂੰ ਅਕਲ ਆਊ ਗਾਂਹ ਜਾ ਕੇ, ਤੁਹਾਨੂੰ ਫਿਰ ਪਤਾ ਲੱਗਣਾ। ਲੋਕ ਬਹੁਤ ਬੈਡ ਕਮੈਂਟ ਬਹੁਤ ਕਰਦੇ ਆ, ਕਈ ਗੰਦੀਆਂ ਹੀ ਵਿੱਚ ਗੱਲਾਂ ਕਰਦੇ, ਤੁਸੀਂ ਇਹ ਵੀ ਨਹੀਂ ਸੋਚਦੇ ਕਿ ਚਲੋ ਧੀ ਆ, ਮਾਂ ਆ, ਮਾਂ ਧੀ ਆ ਹੈ ਨਾ, ਆਪਣਾ ਕਰਦੇ ਪਏ ਆ, ਕਲਿੱਪ ਕੋਈ ਬਣਾ ਲੈਂਦੇ ਆ ਜਾਂ ਆਪ ਗੱਲਾਂ ਆਪਸ 'ਚ ਹੀ ਦੋਨੇ ਕਰਦੀਆਂ, ਤਾਂ ਉਹ ਵਿੱਚ ਇੱਦਾਂ ਬਣਾ ਲਈਦਾ ਆ, ਅਤੇ ਕੈਮਰਾ ਕਈ ਵੇਲੇ ਔਨ ਕਰਕੇ ਰੱਖ ਲਈਦਾ ਆ, ਇੱਦਾਂ ਵਿੱਚ ਇੱਕ ਅੱਧਾ ਕਲਿੱਪ ਬਣ ਜਾਂਦਾ ਆ, ਅਤੇ ਇਹ ਕਹਿੰਦੇ ਖਰਾਬ ਸਿਖਾਉਂਦੇ ਆ ਤੁਸੀਂ। ਅੱਛਾ, ਹਾਂਜੀ, ਕਹਿੰਦੇ ਪੁੱਠੀਆਂ ਗੱਲਾਂ ਸਿਖਾਉਂਦੇ ਕੁੜੀ ਨੂੰ, ਸਕੂਲੇ ਨਹੀਂ ਘੱਲਦੇ ਉਹਨੂੰ, ਪੜ੍ਹਾਉਂਦੇ ਨਹੀਂ ਉਹ, ਕਿਉਂਕਿ ਨਿਆਣੇ ਨੂੰ ਹਰ ਵਕਤ ਪੜ੍ਹਾਉਣਾ ਵੀ ਨਹੀਂ, ਉਹ ਥੋੜ੍ਹੇ ਖੁਸ਼ ਖੇਲਣ ਦਾ ਵੀ, ਇੰਜੋਇਮੈਂਟ ਵੀ ਕਰਦੀ ਆ, ਉਹ ਖੇਲਦੀ ਵੀ ਆ ਅਤੇ ਪੜ੍ਹਦੀ ਵੀ ਆ। ਲੋਕ ਕਹਿੰਦੇ ਤੁਸੀਂ ਇਹੀ ਕੰਮ ਕਰਦੇ ਰਹਿੰਦੇ ਰੋਜ਼ ਹੀ, ਕੁੜੀ ਨੂੰ ਕੰਜਰਖਾਨਾ ਸਿਖਾਉਂਦੇ ਆ, ਨਿਆਣੇ ਦਾ ਮਾਇੰਡ 'ਚ ਕੁਛ, ਕਈ ਬੱਚੇ ਵਧੀਆ ਵੀ ਕਮੈਂਟ ਕਰਦੇ ਆ ਕਿ ਅਗਲੇ ਨਿਆਣਾ ਬੱਚਾ ਆ, ਬੱਚਾ ਆਪ ਗੱਲਾਂ ਕਰਦਾ ਨਾ ਕਿਹੜਾ, ਆਪ ਸਿਖਾਉਂਦੇ ਆ, ਕਈ ਵਧੀਆ ਵੀ ਕਮੈਂਟ ਕਰਦੇ ਆ ਪਰ ਬੈਡ ਜ਼ਿਆਦਾ ਕਰਦੇ ਆ। ਹਾਂਜੀ, ਫਿਰ ਉਹ ਚੀਜ਼ਾਂ ਦਾ ਬੁਰਾ ਲੱਗਦਾ ਹੈ, ਕਿਉਂਕਿ ਤੁਸੀਂ ਇੱਕ ਸੋਬਰ ਜਿਹਾ ਕੰਟੈਂਟ ਹੁੰਦਾ, ਮਾਂ ਅਤੇ ਧੀ ਆਪਸ ਦੇ ਵਿੱਚ ਤੁਹਾਡੀਆਂ ਗੱਲਾਂ ਬਾਤਾਂ ਹੁੰਦੀਆਂ ਜੋ ਵੀ, ਹੈ ਨਾ, ਬੱਚੇ ਨੂੰ ਕਿਹੜਾ ਸਿਖਾਇਆ ਜਾਂਦਾ, ਫਿਰ ਜਦੋਂ ਲੋਕ ਇੱਦਾਂ ਦੇ ਕਮੈਂਟਸ ਕਰਦੇ ਆ ਤੁਹਾਨੂੰ, ਰਿਲੇਟ ਕਰਦੇ ਵੀ ਕੰਜਰਖਾਨਾ ਕਰ ਰਹੇ, ਫਿਰ ਉਹ ਚੀਜ਼ਾਂ ਬੁਰੀਆਂ ਲੱਗਦੀਆਂ, ਦਿਲ ਨੂੰ ਦੁੱਖ ਹੁੰਦਾ ਫਿਰ, ਬਹੁਤ ਦੁੱਖ ਲੱਗਦਾ ਆ। ਪਰ ਫਿਰ ਵੀ ਸਾਡੀ ਦੋਨਾਂ ਦੀ ਆਪਸ 'ਚ ਬਣਦੀ ਆ, ਇਹ ਮੇਰਾ ਸਾਥ ਦਿੰਦੇ ਮੈਂ ਇਹਨਾਂ ਦਾ ਦਿੰਦੀ ਹਾਂ, ਆਪਾਂ ਫਿਰ ਜੇ ਸਾਡੀ ਦੋਨਾਂ ਦੀ ਬਣਦੀ ਫਿਰ ਪਰਵਾਹ ਨਹੀਂ ਕਰੀਦੀ, ਕਮੈਂਟ ਦੇਖੀ ਦੇ ਨਹੀਂ ਅਸੀਂ ਕਿ ਕਰੀ ਜਾਓ ਜਿੱਦਾਂ ਦੇ ਕਰਨੇ, ਪਰ ਕਈ ਵੇਲੇ ਵੀ ਦੇਖ ਵੀ ਹੋ ਜਾਂਦੇ ਆ, ਪਰ ਬਹੁਤ ਬੁਰਾ ਲੱਗਦਾ ਆ, ਅਤੇ ਇਹ ਕਹਿੰਦੇ ਤੂੰ ਟੈਨਸ਼ਨ ਨਾ ਲਿਆ ਕਰ, ਕੋਈ ਨਾ ਕੁਛ ਨਹੀਂ ਹੋਣਾ, ਕਹਿੰਦੇ ਆਪਾਂ ਕਿਹੜਾ ਆਪ ਸਿਖਾਈ ਦਾ ਕੁੜੀ ਨੂੰ ਨਾ, ਇਸ ਕਰਕੇ ਸਾਥ ਬਹੁਤ ਹੁੰਦਾ ਆ, ਦੋਨਾਂ ਦਾ ਸਾਥ ਹੋਵੇ ਫਿਰ ਦੁਨੀਆਂ ਦੀ ਪਰਵਾਹ ਨਹੀਂ ਹੁੰਦੀ। ਅੱਛਾ, ਅਤੇ ਫਿਰ ਜਿੱਦਾਂ ਲੋਕ ਕਹਿੰਦੇ ਆ ਹੈ ਨਾ ਕਮੈਂਟਸ, ਫਿਰ ਲਾਗੇ ਆਲੇ ਦੁਆਲੇ ਦੇ ਲੋਕ ਵੀ ਕਹਿੰਦੇ ਆ ਜਾਂ ਰਿਸ਼ਤੇਦਾਰ ਵੀ ਕਹਿੰਦੇ ਨੇ ਘਰਦਿਆਂ ਨੂੰ ਕਿ ਇਹਨਾਂ ਨੂੰ ਹਟਾਓ, ਇਹ ਕੰਮ ਨਾ ਕਰਨ?
ਹਾਂਜੀ ਪਤਾ ਤਾਂ ਸਾਨੂੰ ਲੱਗ ਹੀ ਜਾਂਦਾ ਪਰ ਆਪਾਂ ਕਿਸੇ ਨਾਲ ਗੱਲ ਨਹੀਂ ਕਰੀਦੀ ਕਿਉਂਕਿ ਪਤਾ ਲੱਗ ਹੀ ਜਾਂਦਾ ਆ ਕਿ ਕੰਜਰ ਹੋ ਕਰਦੇ ਕੀ ਆ ਇਹ ਕੱਪੜੇ ਨਹੀਂ ਤੂੰ ਚੱਜ ਦੇ ਪਾਉਂਦੇ ਤੁਹਾਡਾ ਘਰ ਕਿੱਦਾਂ ਦਾ ਆ ਹਾਂਜੀ ਤੁਸੀਂ ਕੀ ਕਰਦੇ ਰਹਿੰਦੇ ਆ ਘਰ ਕਿੰਨਾ ਭੈੜਾ ਤੁਹਾਡਾ ਤੁਸੀਂ ਕਿੰਨੇ ਭੈੜੇ ਜਿਹੇ ਆ ਕੱਪੜੇ ਵੀ ਚੱਜ ਦੇ ਪਾਉਂਦੇ ਹੈਗੇ ਇੱਕੋ ਹੀ ਕੱਪੜੇ ਪਾਈ ਰੱਖਦੇ ਇੱਦਾਂ ਲੋਕ ਬਹੁਤ ਬੋਲਦੇ ਆ ਪਰ ਪਰਵਾਹ ਨਹੀਂ ਕਰੀ ਚਲੋ ਰੱਬ ਨੇ ਜਿੱਦਾਂ ਦਿੱਤਾ ਉਨੇ 'ਚ ਰਹਿਣਾ ਹੁਣ ਉਹ ਹੁਣ ਕੀ ਕਰੀਏ ਜਿੰਨਾ ਕੁ ਹੈਗਾ ਉਹਦੇ ਵਿੱਚ ਹੀ ਗੁਜ਼ਾਰਾ ਕਰਨਾ ਲੋਕ ਕਹਿੰਦੇ ਤੁਸੀਂ ਉਹੀ ਕੱਪੜੇ ਪਾਈ ਰੱਖਦੇ ਤੁਹਾਡਾ ਘਰ ਕਿੱਦਾਂ ਰੰਗ ਕਰ ਲਓ ਰੰਗ ਵੀ ਪੈਸਿਆਂ ਨਾਲ ਹੀ ਹੋਣਾ ਸਾਰੇ ਕੰਮ ਪੈਸਿਆਂ ਨਾਲ ਹੀ ਹੁੰਦੇ ਆ ਕਿਸੇ ਨੂੰ ਆਪਾਂ ਕੰਡੀਸ਼ਨ ਥੋੜ੍ਹੀ ਕਿਸੇ ਦੀ ਪਤਾ ਨਾ ਕੀ ਹਾਲਾਤ ਆ ਜਾਂ ਕੀ ਹੈ ਨਾ ਤੁਹਾਡੀ ਲਵ ਮੈਰਿਜ ਸੀਗੀ ਹੈ ਨਾ ਘਰ ਦੇ ਹਾਲਾਤ ਇੰਨੇ ਕੁਝ ਖਾਸ ਵਧੀਆ ਨਹੀਂ ਸੀਗਾ ਗੁਜ਼ਾਰਾ ਹੀ ਚੱਲਦਾ ਸੀਗਾ ਹੈ ਨਾ ਅਤੇ ਵੀਰ ਹੁਣੇ ਮੇਲਿਆਂ ਦੇ ਵਿੱਚ ਸ਼ੋਪ ਲਗਾ ਕੇ ਕੰਮ ਕਰਦੇ ਸੀਗੇ ਹੈ ਨਾ ਅਤੇ ਉਹ ਦੱਸਦੇ ਸੀਗੇ ਕਿ ਲੋਕ ਇੱਦਾਂ ਗੱਲਾਂ ਕਰਦੇ ਸੀਗੇ ਫਿਰ ਉਹ ਚੀਜ਼ਾਂ ਤੁਹਾਨੂੰ ਬੁਰੀਆਂ ਲੱਗਦੀਆਂ ਸੀ ਨਵੇਂ ਵਿਆਹ ਕੇ ਆਏ ਹੋ ਹੈ ਨਾ ਫਿਰ ਉਹ ਆਪਣੀ ਮਿਹਨਤ ਮਜ਼ਦੂਰੀ ਕਰ ਰਹੇ ਸੀਗੇ ਅਤੇ ਉਹ ਚੀਜ਼ਾਂ ਤੁਹਾਨੂੰ ਇੰਪੈਕਟ ਕਰਦੀਆਂ ਸੀ ਤੁਹਾਡੇ 'ਤੇ ਪ੍ਰਭਾਵ ਪੈਂਦਾ ਸੀ ਉਹਨਾਂ ਦਾ ਪ੍ਰਭਾਵ ਪੈਂਦਾ ਵੀ ਸੀ ਪਰ ਇਸ ਗੱਲੋਂ ਨਹੀਂ ਵੀ ਪੈਂਦਾ ਸੀ ਚਲੋ ਇਹ ਮੇਰੇ ਨਾਲ ਆ ਜਿਸ ਵੇਲੇ ਮੇਰਾ ਨਵਾਂ ਨਵਾਂ ਵਿਆਹ ਹੋਇਆ ਸੀ ਅਤੇ ਮੈਨੂੰ ਪਤਾ ਨਹੀਂ ਸੀ ਘਰ ਕਿੱਦਾਂ ਦਾ ਹੈ ਨਾ ਮੈਂ ਦੇਖਿਆ ਹੀ ਨਹੀਂ ਸੀ ਮੇਰੀ ਮੰਮੀ ਕਹਿੰਦੇ ਸੀ ਆਪਣੇ ਘਰੇ ਹੀ ਰਹਿੰਦੇ ਆ ਉਹ ਕਿਤੇ ਬਾਹਰ ਤਾਂ ਨਹੀਂ ਰਹਿੰਦੇ ਅਕਸਰ ਉਹਨਾਂ ਦਾ ਘਰ ਕੋਈ ਨਾ ਕੋਈ ਹੋਊਗਾ ਹੀ ਅਤੇ ਫਿਰ ਮੈਂ ਜਿਸ ਵੇਲੇ ਘਰ ਆਈ ਫਿਰ ਮੈਨੂੰ ਪਤਾ ਲੱਗਾ ਚਲੋ ਕੱਚਾ ਘਰ ਆ ਮੈਂ ਕਿਹਾ ਕੋਈ ਨਹੀਂ ਸਾਥ ਦੇਣ ਵਾਲਾ ਪਤੀ ਹੋਣਾ ਚਾਹੀਦਾ ਘਰ ਤਾਂ ਬਣ ਹੀ ਜਾਂਦਾ ਨਾ ਕੋਈ ਨਹੀਂ ਅਸੀਂ ਮਿਲ ਕੇ ਬਣਾ ਲਾਂਗੇ ਫਿਰ ਮੈਨੂੰ ਪਰਵਾਹ ਨਹੀਂ ਸੀ ਨਹੀਂ ਕਿ ਕੱਚਾ ਘਰ ਆ ਜਾਂ ਫਿਰ ਨਹੀਂ ਕੁਛ ਵੀ ਚਲੋ ਰੋਟੀ ਪਾਣੀ ਰੱਬ ਨੇ ਦਿੰਦਾ ਸੀ ਬਹੁਤ ਸ਼ੁਕਰੀਆ ਸੀ ਨਾ ਰੋਟੀ ਪਾਣੀ ਮਿਲਦਾ ਸੀ ਘਰ ਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਅਸੀਂ ਸਾਡਾ ਇੱਕ ਦੂਜੇ ਦਾ ਸਾਥ ਹੀ ਬਹੁਤ ਸੀ ਕਿ ਅਸੀਂ ਰਲ ਮਿਲ ਕੇ ਬਣਾ ਲੈਣਾ ਜਦੋਂ ਘਰ ਆਏ ਸੀ ਵਿਆਹ ਕੇ ਉਦੋਂ ਘਰ ਦੇ ਹਾਲਾਤ ਕਿਵੇਂ ਦੇ ਸੀਗੇ ਅਤੇ ਹੁਣ ਕੀ ਚੇਂਜਸ ਆ ਗਏ ਉਸ ਵੇਲੇ ਬਹੁਤ ਬੁਰੇ ਸੀ ਘਰ ਦੇ ਹਾਲਾਤ ਜਿੱਦਾਂ ਪੈਸੇ ਬਹੁਤ ਚੱਕੇ ਚੁੱਕੇ ਸੀ ਉਹ ਸਾਰੇ ਹੌਲੀ ਹੌਲੀ ਲਾਏ ਮੋਟਰਸਾਈਕਲ ਇਹਨਾਂ ਨੇ ਲਿਆ ਸੀ ਫਿਰ ਉੱਤੇ ਕਿਸ਼ਤਾਂ ਨੇ ਲਿਆ ਸੀ ਅਤੇ ਲੋਕ ਕਹਿੰਦੇ ਸੀ ਵਿਆਹ ਤਾਂ ਕੋਈ ਕਰਾਉਣ ਲੱਗਾ ਤੂੰ ਕਿਹੜਾ ਮੋਟਰਸਾਈਕਲ ਆਣਾ ਤੁਰ ਕੇ ਲੈ ਘਰ ਵਾਲੀ ਨੂੰ ਲੈ ਕੇ ਜਾਇਆ ਕਰਨਾ ਹਾਂਜੀ ਫਿਰ ਇਹਨਾਂ ਨੇ ਕਿਸ਼ਤਾਂ ਦੇ ਮੋਟਰਸਾਈਕਲ ਲਿਆ ਮੇਰੇ ਵਿਆਹ ਤੋਂ ਪਹਿਲਾਂ ਤਾਂ ਫਿਰ ਕਿਸ਼ਤਾਂ ਫਿਰ ਬਾਅਦ 'ਚ ਦਿੱਤੀਆਂ ਫਿਰ ਹੌਲੀ ਹੌਲੀ ਮਤਲਬ ਕਿ ਔਖਾ ਟਾਈਮ ਸੀ ਜਿੱਦਾਂ ਦੁਕਾਨ ਜਾਂਦੇ ਉਹ ਤਾਂ ਗੁਜ਼ਾਰਾ ਨਹੀਂ ਹੁੰਦਾ ਸੀ ਬਹੁਤ ਔਖਾ ਸੀ ਫਿਰ ਮੈਂ ਕਿਹਾ ਮੈਨੂੰ ਵੀ ਕੁਛ ਮਾੜਾ ਮੋਟਾ ਕੰਮ ਦੱਸ ਦਿਉ ਪਾ ਦਿਉ ਕੁਛ ਮਾੜਾ ਮੋਟਾ ਫਿਰ ਜਦੋਂ ਮੇਲੇ ਆਉਂਦੇ ਹੁੰਦੇ ਸੀ ਪਹਿਲਾਂ ਫਿਰ ਇਹਨਾਂ ਨੇ ਜਿਹੜਾ ਮੇਲੇ ਦਾ ਸਮਾਨ ਉਹ ਦੁਕਾਨ 'ਤੇ ਹੌਲੀ ਹੌਲੀ ਰੱਖਣਾ ਸਟਾਰਟ ਕੀਤਾ ਕਿ ਚੱਲ ਤੂੰ ਹੀ ਬਹਿ ਜਾ ਕਰੀ ਦੁਕਾਨ 'ਤੇ ਹੁਣ ਮੈਨੂੰ ਜੇ ਮੈਂ ਮੇਲੇ ਲਾਵਾਂ ਫਿਰ ਮੇਰੀ ਉੱਧਰ ਬੋਲਦੇ ਆ ਦੁਕਾਨ ਵਾਲੇ ਬੋਲਦੇ ਹੁੰਦੇ ਸੀ ਕਿ ਤੂੰ ਦੁਕਾਨ 'ਤੇ ਨਹੀਂ ਉਹਨਾਂ ਟਾਈਮ ਸਿਰ ਕਿ ਅਸੀਂ ਫਿਰ ਛੁੱਟੀਆਂ ਦੇ ਪੈਸੇ ਕੱਟ ਲੈਣੇ ਫਿਰ ਪੈਸੇ ਸਿਰਫ 5,000 ਮਿਲਣਾ 4,000 ਮਿਲਣਾ ਉਹਦੇ ਵਿੱਚ ਗੁਜ਼ਾਰਾ ਨਹੀਂ ਹੁੰਦਾ ਸੀ ਫਿਰ ਮੈਂ ਇਹਨਾਂ ਨੂੰ ਕਿਹਾ ਛੋਟੀ ਜਿਹੀ ਦੁਕਾਨ ਮੈਨੂੰ ਪਾ ਦਿਉ ਫਿਰ ਮੈਂ ਦੁਕਾਨ ਇਹਨਾਂ ਨੇ ਪੱਕਤੀ ਛੋਟੀ ਜਿਹੀ ਫਿਰ ਮੇਰੇ ਬੇਟੀ ਹੋਣ ਵਾਲੀ ਹੋ ਗਈ ਫਿਰ ਮੈਂ ਉਹਦੇ ਨਾਲ ਹੀ ਉਹਨੂੰ ਇੱਦਾਂ ਹੀ ਮੇਰੇ ਪੇਟ 'ਚ ਹੀ ਮੈਂ 9 ਮਹੀਨੇ ਤੱਕ ਦੁਕਾਨ 'ਤੇ ਜਾਂਦੀ ਸੀ ਹਾਂਜੀ ਇਕੱਲੀ ਨੇ ਦੁਕਾਨ ਦੋਨਾਂ ਨੇ ਜਾਣਾ ਉਹਨੂੰ ਛੱਡ ਦੇਣਾ ਫਿਰ ਮੈਂ ਸਾਰੀ ਦਿਹਾੜੀ ਇੱਦਾਂ ਬੈਠੀ ਰਹਿਣਾ ਕੁੜੀ ਨੂੰ ਲੈ ਪਏ ਔਖਾ ਹੋ ਜਾਂਦਾ ਲੰਮੇ ਪੈਰ ਨੂੰ ਵੀ ਨਹੀਂ ਟਾਈਮ ਮਿਲਦਾ ਹੁੰਦਾ ਸੀ ਕਿ ਚੱਲ ਲੰਮੇ ਬੰਦਾ ਪੈ ਜਾਵੇ ਲੰਮੇ ਵੀ ਨਹੀਂ ਪੈ ਹੁੰਦਾ ਸੀ ਇੱਦਾਂ ਹੀ ਬਹਿ ਬਹਿ ਕੇ ਬਸ ਗਾਹਕ ਅਟੈਂਡ ਕਰਨੀ ਅਤੇ ਇੱਦਾਂ ਹੀ ਰਹਿਣਾ ਪੇਠੇ ਲੱਕ ਰੁਕਣਾ ਫਿਰ ਰਾਤ ਨੂੰ ਰੋਟੀ ਵੀ ਆ ਕੇ ਬਣਾਉਣੀ ਬਹੁਤ ਔਖਾ ਟਾਈਮ ਸੀ ਚਲੋ ਹੌਲੀ ਹੌਲੀ ਨਿਕਲ ਗਿਆ ਇਹੀ ਜ਼ਿੰਦਗੀ ਆ ਜਦੋਂ ਵੀਰ ਹੋਣਾ ਦਾ ਐਕਸੀਡੈਂਟ ਹੁੰਦਾ ਉਦੋਂ ਵੀ ਤੁਸੀਂ ਇਕੱਲੇ ਹੀ ਸਾਰਾ ਹੈਂਡਲ ਕਰਦੇ ਹੋ ਫਿਰ ਸਾਰਾ ਸਮਾਨ ਦੁਕਾਨ ਦੇ ਵਿੱਚ ਪਾਉਣਾ ਫਿਰ ਉਹ ਚੀਜ਼ਾਂ ਕਿੱਦਾਂ ਮੈਨੇਜ ਕਰਦੇ ਸੀ ਉਸ ਲਈ ਫਿਰ ਮੈਂ ਬੱਸੇ ਜਾਣਾ ਬੱਸੇ ਜਾ ਕੇ ਫਿਰ ਸਮਾਨ ਲੈ ਕੇ ਆਉਣਾ ਫਿਰ ਸਮਾਨ ਲੈ ਕੇ ਘਰ ਫਿਰ ਦੁਕਾਨ ਖੋਲ੍ਹਣੀ ਸ਼ਟਰ ਵੀ ਸਾਡੇ ਭਾਰੇ ਹੀ ਆ ਨਾ ਦੁਕਾਨ ਦੇ ਉਹ ਵੀ ਚੱਕਣੇ ਬਹੁਤ ਔਖੇ ਹੁੰਦੇ ਫਿਰ ਕਿਸੇ ਨੂੰ ਕਹੀਦਾ ਵੀ ਨਹੀਂ ਹੁੰਦਾ ਸੀ ਇੱਕ ਵਾਰੀ ਕਹਿਣਾ 2 ਵਾਰੀ ਕਹਿਣਾ 3 ਵਾਰੀ ਨਹੀਂ ਕਿਸੇ ਨੂੰ ਚੱਕਣਾ ਵੀ ਆਪ ਹੀ ਬਹੁਤ ਭਾਰਾ ਚੱਕਣਾ ਪੈਂਦਾ ਸੀ ਫਿਰ ਇਹਨਾਂ ਨੂੰ ਯਾਦ ਹੋਣੀ ਕਿ ਚੱਲ ਨਾਲ ਚੁਕਾਉਣ ਦਿੰਦੇ ਲੋਕ ਮਦਦ ਨਹੀਂ ਕਰਦੇ ਸੀਗੇ ਕਰਦੇ ਸੀ ਇੱਕ ਵਾਰੀ ਕਰ ਦੇਣੀ ਦੋ ਵਾਰੀ ਕਰ ਦੇਣੇ 6 ਮਹੀਨੇ ਤਾਂ ਇਹ ਬਿਮਾਰੀ ਦੇ ਮੰਜੇ 'ਤੇ ਰਹੇ 6 ਮਹੀਨੇ ਤਾਂ ਮਤਲਬ ਕਿ ਇੱਥੇ ਬਾਂਹ ਵੀ ਟੁੱਟ ਗਈ ਸੀ ਸਿਰ 'ਚ ਵੀ ਸੱਟ ਲੱਗ ਗਈ ਸੀ ਉੱਡਦੀ ਨਹੀਂ 6 ਮਹੀਨੇ ਅਤੇ ਫਿਰ ਘਰੇ ਹੀ ਰਹਿਣਾ ਇਹਨਾਂ ਨੇ ਮੈਂ ਹੀ ਇਕੱਲੀ ਨੇ ਫਿਰ ਦੁਕਾਨ 'ਤੇ ਜਾਣਾ ਹੈਂਡਲ ਕਰਨਾ ਸਭ ਕੁਛ ਇੱਕ ਤੁਹਾਨੂੰ ਪਤਾ ਮੈਂ ਘਰਦਿਆਂ ਨੂੰ ਵੀ ਨਹੀਂ ਜ਼ਿਆਦਾ ਦੱਸਦੀ ਹੁੰਦੀ ਸੀ ਆਪਣਿਆਂ ਨੂੰ ਹਾਂਜੀ ਮੈਂ ਕਿਉਂਕਿ ਮੇਰੇ ਡੈਡੀ ਆ ਨਹੀਂ ਹੈ ਨਾ ਫਿਰ ਮੰਮੀ 'ਚ ਵੀ ਇੱਦਾਂ ਟੈਨਸ਼ਨ ਰਹਿੰਦੀ ਸੀ ਭਰਾ ਮੇਰਾ ਛੋਟਾ ਮੇਰੇ ਕੋਲ ਕਿਉਂਕਿ ਉਹ ਵੀ ਕਿਹੜਾ ਕੋਈ ਕੰਮ ਕਰਦਾ ਸੀ ਅਤੇ ਫਿਰ ਮੰਮੀ ਨੇ ਆਪ ਹੀ ਕਰਨਾ ਸਭ ਮੈਂ ਘਰਦਿਆਂ ਨੂੰ ਕੁਛ ਨਹੀਂ ਦੱਸਦੀ ਹੁੰਦੀ ਕਿ ਮੈਂ ਕਰਦੀ ਜਾਂ ਕਿੱਦਾਂ ਹੈਂਡਲ ਕਰਨ ਦੀ ਸਭ ਕੁਛ ਫਿਰ ਮੈਂ ਇਹਨਾਂ ਨੂੰ ਵੀ ਦੱਸਣਾ ਇਹਨਾਂ ਦੇ ਵੀ ਸੱਚ ਸੱਟ ਲੱਗੀ ਸੀ ਨਾ ਫਿਰ ਤੁਹਾਨੂੰ ਪਤਾ ਕਿ ਜੇ ਆਪਾਂ ਦੁੱਖ ਕਿਸੇ ਨੂੰ ਜ਼ਿਆਦਾ ਦੱਸੀਏ ਨਾ ਫਿਰ ਲੋਕ ਤਮਾਸ਼ਾ ਹੀ ਦੇਦੇ ਹੁੰਦੇ ਫਿਰ ਮੈਂ ਦੱਸਦੀ ਨਹੀਂ ਹੁੰਦੀ ਨਾ ਕਿਸੇ ਨੂੰ ਦੱਸਣਾ ਆਂਢੀ ਮਾਂ ਨਾ ਰਿਸ਼ਤੇਦਾਰ ਨੂੰ ਕਿਸੇ ਨੂੰ ਦੱਸਣਾ ਮੈਂ ਇਹ ਦੱਸਣਾ ਮੈਂ ਬਹੁਤ ਖੁਸ਼ ਹਾਂ ਔਖਾ ਟਾਈਮ ਕੱਢਿਆ ਪਰ ਮੈਂ ਖੁਸ਼ੀ ਨਹੀਂ ਕੱਢਿਆ ਕੋਈ ਦੁੱਖ ਨਾ ਨਹੀਂ ਕੱਢਿਆ ਨਾ ਕਦੇ ਅੱਜ ਤੱਕ ਕਿਸੇ ਨੂੰ ਦੱਸਿਆ ਦੁੱਖ ਆਪਣਾ ਹਾਂਜੀ
ਭੈਣ ਨੇ ਬੜਾ ਸਟਰਗਲ ਕੀਤਾ ਇਕੱਲਿਆਂ ਨੇ, ਹੈ ਨਾ, ਕਿਉਂਕਿ ਫੈਮਿਲੀ ਬੈਕਗਰਾਉਂਡ ਵੀ ਇੱਦਾਂ ਦਾ ਸੀਗਾ ਕਿ ਪੇਕਿਆਂ ਤੋਂ ਵੀ ਹੈਲਪ ਨਹੀਂ ਸੀ ਮੰਗਦੇ 6 ਮਹੀਨੇ ਤੁਹਾਨੂੰ ਕੋਈ ਸੁੱਧ ਬੁੱਧ ਨਹੀਂ। ਤੁਸੀਂ ਆਪਣੇ ਆਪ ਨੂੰ ਫੀਲ ਕਰਦੇ ਹੋ ਕਿ ਇੱਦਾਂ ਦੀ ਵਾਈਫ, ਜਿਹਦੇ ਬਾਰੇ ਲੋਕ ਇੱਦਾਂ ਦੀਆਂ ਗੱਲਾਂ ਕਰਦੇ ਸੀਗੇ ਕਿ ਇਹਨੇ ਕਿਤੇ ਹੋਰ ਕਰਾ ਲੈਣਾ ਵਿਆਹ, ਇਹਦੀ ਕਿਤੇ ਹੋਰ ਗੱਲ ਹੋ ਜਾਣੀ, ਵੀ ਉਸ ਜਨਾਨੀ ਨੇ ਇੰਨਾ ਸਾਥ ਦਿੱਤਾ ਤੁਹਾਡਾ? ਬਹੁਤ ਸਾਥ ਦਿੱਤਾ ਮੇਰਾ, ਮੈਂ ਤਾਂ ਬਹੁਤ ਲੱਕੀ ਹਾਂ, ਮੇਰੀ ਵਾਈਫ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ। ਹੁਣ ਵੀ ਮੈਂ ਜੋ ਵੀ ਹੈ ਕਿ ਮੈਂ ਬਸ ਆਪਣੀ ਖੁਸ਼ੀ ਨਹੀਂ ਦੇਖਦਾ, ਹੁਣ ਮੈਂ ਇਹਦੀ ਖੁਸ਼ੀ ਦੇਖਦਾ ਹੈਗਾ, ਕਿਉਂਕਿ ਬਹੁਤ ਕੁਛ ਦੇਖ ਲਿਆ, ਦੁੱਖ ਬਹੁਤ ਕੁਛ ਦੇਖਿਆ, ਮੈਨੂੰ ਪਤਾ ਆ। ਬਟ ਮੈਂ ਆਪਣੇ ਲਈ ਕੁਛ ਨਹੀਂ, ਇਹਦੇ ਲਈ ਜੋ ਵੀ ਕਰਦਾ ਇਹਦੇ ਲਈ ਕਰਦਾ ਹੈਗਾ, ਕਿ ਇਹਨੂੰ ਮੈਂ ਇਹਦਾ ਦੇਣਾ ਨਹੀਂ ਦੇ ਸਕਦਾ। ਬਹੁਤ ਕੁਛ ਕੀਤਾ, ਜੇ ਨਾ ਕਰਦੀ ਤਾਂ ਫਿਰ ਮੈਂ ਇਕੱਲਾ ਹੋਣਾ ਸੀ, ਇਹਨਾਂ ਨੂੰ ਆਪਣੇ ਘਰ ਬੈਠਾ ਹੋਣਾ ਸੀਗਾ, ਮੈਂ ਤਾਂ ਰੋਲੀ ਜਾਣਾ ਸੀਗਾ ਤਕਰੀਬਨ। ਬਹੁਤ ਔਖਾ ਟਾਈਮ ਕੱਢਿਆ ਮੈਂ, 6 ਮਹੀਨੇ ਹੈ ਨਾ, ਫੁੱਲ ਸਟਰਗਲ ਸੀਗਾ ਸਾਰਾ ਸਾਰਾ ਦਿਨ ਜਿਹੜਾ ਉਹ ਕੰਮ 'ਚ ਇਹਨਾਂ ਦੀ ਕੇਅਰ ਦੇ ਵਿੱਚ ਸਾਰਾ ਕੁਛ ਇੰਨੇ ਟਾਈਮ ਜਿਹੜਾ ਸੀਗਾ ਨਿਕਲ ਜਾਂਦਾ ਸੀ। ਫਿਰ ਇਹਨਾਂ ਨੂੰ ਲੋਕ ਜਦੋਂ ਇੱਦਾਂ ਦੀਆਂ ਆ ਕੇ ਗੱਲਾਂ ਕਰਦੇ ਸੀਗੇ ਕਿ ਇਹਨੇ ਕਿਸੇ ਨਾਲ ਨਿਕਲ ਜਾਣਾ, ਕਿਸੇ ਨਾਲ ਗੱਲ ਹੋ ਜਾਣੀ, ਫਿਰ ਉਹ ਜਾਂ ਫਿਰ ਤੋੜਦੀਆਂ ਸੀ ਹੌਂਸਲੇ ਨੂੰ? ਉਸ ਵੇਲੇ ਤਾਂ ਮੈਨੂੰ ਇਹਨਾਂ ਨੇ ਕੁਛ ਨਹੀਂ ਦੱਸਿਆ ਕਿ ਮੈਂ ਇੱਦਾਂ ਲੋਕਾਂ ਨੇ ਗੱਲਾਂ ਕੀਤੀਆਂ, ਮੈਨੂੰ ਬਾਅਦ 'ਚ ਦੱਸਿਆ, ਪਰ ਬਾਅਦ 'ਚ ਬਹੁਤ ਫੀਲ ਹੋਇਆ ਕਿ ਚਲੋ ਲੋਕਾਂ ਨੇ ਇੱਦਾਂ ਦੀ ਗੱਲਾਂ ਕੀਤੀਆਂ ਨਾ। ਪਰ ਮੈਨੂੰ ਇਹ ਵੀ ਸੀ ਕਿ ਇਹਨਾਂ ਨੇ ਮੇਰੇ 'ਤੇ ਵਿਸ਼ਵਾਸ ਰੱਖਿਆ, ਮੈਨੂੰ ਇੱਦਾਂ ਨਹੀਂ ਸਮਝਿਆ, ਕਿਉਂਕਿ ਮੇਰਾ ਤਾਂ ਇੱਦਾਂ ਸੀ ਕਿ ਮੈਂ ਸ਼ੁਰੂ ਪਹਿਲਾਂ ਵੀ ਬਹੁਤ ਸਟਰਗਲ ਕੀਤਾ, ਕੁਆਰੀ ਹੁੰਦੀ ਨੇ ਲੋਕ ਘਰੇ ਕੰਮ ਕਰਨਾ, ਫਿਰ ਉਹ ਦੁਕਾਨ 'ਤੇ ਲੱਗ ਗਈ, ਫਿਰ ਮੈਂ ਫਿਰ ਇੱਥੇ ਗਿਆ, ਇੱਥੇ ਵੀ ਆ ਕੇ ਮੈਂ ਇੱਦਾਂ ਸਟਰਗਲ ਕੀਤਾ ਲੋਕ ਘਰੇ ਕੰਮ ਕਰਨਾ, ਜਿੱਦਾਂ ਕਿਸੇ ਘਰ ਮੇਰੇ ਡੈਡੀ ਹੈ ਨਹੀਂ ਸੀ ਨਾ, ਫਿਰ ਮੈਨੂੰ ਆਪਣੀ ਮੰਮੀ ਵੱਲ ਵੀ ਨਹੀਂ ਦੇਖ ਹੁੰਦਾ ਸੀ, ਫਿਰ ਆਪਣੀ ਮੰਮੀ ਦਾ ਮੈਂ ਸਾਥ, ਮੈਨੂੰ ਸ਼ੁਰੂ ਤੋਂ ਇਹੀ ਰਿਹਾ ਕਿ ਮੈਂ ਕੁਛ ਜ਼ਿੰਦਗੀ 'ਚ ਕਰਾਂ, ਹੈ ਨਾ, ਕੁਛ ਬਣਾ ਕਿ ਲੋਕ ਕਹਿਣ ਕਿ ਹਾਂ ਵੀ ਇਹਨਾਂ ਦੀ ਕੁੜੀ ਵੀ ਕੁਛ ਕਰ ਗਈ, ਹੈ ਨਾ। ਇਸ ਕਰਕੇ ਮੇਰਾ ਸ਼ੁਰੂ ਤੋਂ ਇਹੀ ਰਿਹਾ ਕਿ ਮੈਂ ਹੈਲਪ ਕਰਾਂ, ਮੈਂ ਉੱਥੇ ਮੰਮੀ ਉਹਨਾਂ ਨਾਲ ਬਹੁਤ ਹੈਲਪ ਕੀਤੀ, ਇੱਥੇ ਵੀ ਮੈਂ ਕੀਤੀ। ਹਾਂਜੀ, ਰੱਬ ਨੇ ਇੰਨਾ ਹੌਸਲਾ ਦਿੱਤਾ ਆ ਕਿ ਆਪਣੇ ਹੀ ਆਪਣਾ ਕੰਮ ਕਰਨ ਜੋਗੇ ਬਣਾਇਆ ਆ, ਕਿ ਇੰਨਾ ਹੌਸਲਾ ਹੈਗਾ ਕਿ ਆਪਾਂ ਕਰਕੇ ਖਾ ਸਕਦੇ ਹਾਂ। ਸਹਿਜ ਤਾਂ ਚਲੀ ਗਈ, ਪਰ ਉਹਦੇ ਨਾਲ ਹੋਰ ਗੱਲਾਂ ਅਸੀਂ ਬਾਅਦ 'ਚ ਕਰਾਂਗੇ, ਲੈ ਕੇ ਆਵਾਂਗੇ। ਰੋਣ ਲੱਗ ਗਈ ਸੀਗੀ। ਸਹਿਜ ਨੇ ਬਹੁਤ ਸਾਥ ਦਿੱਤਾ ਤੁਹਾਡਾ, ਹੈ ਨਾ, 6 ਮਹੀਨਿਆਂ ਦੇ ਵਿੱਚ ਜਿੱਥੇ ਜਿਹੜੇ ਸਮਝਦਾਰ ਲੋਕ ਸੀਗੇ ਉਹ ਨਹੀਂ ਨਾਲ ਖੜੇ, ਇੱਕ ਛੋਟਾ ਜਿਹਾ ਬੱਚਾ ਜਿਹੜਾ 8 ਮਹੀਨਿਆਂ ਦਾ 9 ਮਹੀਨਿਆਂ ਦਾ ਸੀਗਾ ਉਹ ਨਾਲ ਸੀਗਾ, ਉਹ ਤੁਹਾਡਾ ਹੌਸਲਾ ਬਣ ਕੇ ਰੱਖਦਾ ਸੀ, ਤੁਹਾਡੇ ਚਿਹਰੇ 'ਤੇ ਮੁਸਕਾਨ ਨਹੀਂ ਸੀ ਜਾਣ ਦਿੰਦਾ। ਹਾਂਜੀ, ਉਹ ਮੇਰੀ ਬੇਟੀ ਨੇ ਬਹੁਤ ਸਾਥ ਦਿੱਤਾ ਮੇਰਾ, ਉਹਨੇ ਗੱਲਾਂ ਨਾਲ ਹਸਾਈ ਜਾਣਾ ਮੈਨੂੰ, ਅਤੇ ਮਤਲਬ ਕਿ ਪਤਾ ਨਹੀਂ ਲੱਗਣ ਦਿੱਤਾ ਉਹਨੇ ਕਿ ਸਾਡੇ 'ਤੇ ਦੁੱਖ ਹੈਗਾ ਕੋਈ, 6 ਮਹੀਨੇ ਪਤਾ ਨਹੀਂ ਲੱਗਾ ਕਦੋਂ ਕਿੱਦਾਂ ਲੰਘ ਗਏ। ਚਲੋ, ਪਰਮਾਤਮਾ ਦਾ ਬਹੁਤ ਸ਼ੁਕਰੀਆ ਕਿ ਇਹਨਾਂ ਨੂੰ ਬਚਾਅ ਹੋ ਗਿਆ, ਨਹੀਂ ਤਾਂ ਬਚਾਅ ਦੇ ਕੋਈ ਚਾਂਸ ਨਹੀਂ ਸੀ। ਹਾਂਜੀ, ਜਨਮ ਹੀ ਹੋਇਆ ਤਕਰੀਬਨ, ਦੂਜਾ ਜਨਮ ਹੀ ਹੋਇਆ ਸਮਝ ਲਓ, ਮਤਲਬ ਕੋਈ ਹਰ ਇੱਕ ਨੇ ਇਹੀ ਆਸ ਛੱਡੀ ਸੀਗੀ ਕਿ ਨਹੀਂ ਹੋਣੀ, ਜੇ ਹੋ ਵੀ ਗਿਆ ਤਾਂ ਮੰਜੇ 'ਤੇ ਰਹਿਣਾ ਇਹਨੇ, ਕਿ ਇੱਦਾਂ ਐਕਟੀਵੇਟ ਅੱਗੇ ਉਹ ਕੰਮ ਨਹੀਂ ਕਰੂਗਾ। ਫਿਰ ਵੀ ਪਰਮਾਤਮਾ ਦਾ ਬਹੁਤ ਸ਼ੁਕਰ ਆ ਕਿ ਅਸੀਂ ਅੱਗੇ ਵਾਂਗੂ ਐਕਟੀਵੇਟ ਹੀ ਹਾਂ, ਸਿਰਫ ਮੇਰੀ ਬਾਂਹ ਹੀ ਆ, ਇਹ ਪਿੰਗੀ ਰਹਿੰਦੀ ਇੱਕ, ਇਹ ਵੀ ਹੁਣ ਕਰਾਉਣਾ ਆਪਰੇਸ਼ਨ ਇਹਦਾ, ਸ਼ਾਇਦ ਆ ਦੇਖਦੇ 2-4 ਮਹੀਨੇ ਤੱਕ, 2-4 ਦਿਨਾਂ ਤੱਕ। ਉੱਦਾਂ ਕੋਈ ਦਰਦ ਤਕਲੀਫ ਨਹੀਂ ਆ, ਪਲੇਟਾਂ ਨਿਕਲੀਆਂ ਬਾਹਰ ਮੇਰੀਆਂ ਇੱਥੋਂ, ਜਦ ਸੂਈ ਨਹੀਂ ਹੁੰਦੀ ਬਾਹਰ, ਇੱਦਾਂ ਪਲੇਟ ਬਾਹਰ ਨਿਕਲੀ ਆ, ਕੱਪੜੇ 'ਚ ਫਸਦੀ ਆ ਵਿੱਚ, ਅਤੇ ਮੈਂ ਜਿੱਦਾਂ ਸੌਂਦਾ ਰਾਤ ਨੂੰ ਅਤੇ ਇਹਦੇ ਵਿੱਚ ਫਸ ਜਾਂਦੀ ਤਾਂ ਸਾਰੀ ਬਾਂਹ ਜਿਹੜੀ ਦਰਦ ਕਰਦੀ ਆ, ਬਹੁਤ ਔਖਾ ਕਰਾਉਣਾ ਇਹਦਾ, ਦੇਖਦੇ ਹੁਣ ਹੌਲੀ ਹੌਲੀ ਕਰਾਵਾਂਗੇ ਕੰਮ ਬਾਂਹ ਦਾ ਵੀ। ਹਲੇ ਸਮਾਈਲ ਵੀ ਹਲੇ ਪ੍ਰੋਪਰ ਨਹੀਂ ਕਰ ਪਾਉਂਦੇ, ਸਮਾਈਲ ਚੱਲ ਗਈ ਸੀ, ਇੰਨੀ ਕੀ ਹੁੰਦੀ ਉਹ ਵੀ ਜ਼ੋਰ ਲੱਗ ਗਿਆ ਸਾ ਤਾਂ, ਖਿੱਚ ਪੈਂਦੀ, ਅੱਗੇ ਤਾਂ ਮੂੰਹ ਆਕੜ ਹੀ ਗਿਆ ਸੀਗਾ, ਬਿਲਕੁਲ ਹੀ ਆਕੜ ਗਿਆ, ਕੁਛ ਵੀ ਨਹੀਂ ਪਤਾ ਲੱਗਦਾ, ਜਿੱਦਾਂ ਇਹਦਾ ਸਾਇਲੈਂਟ ਆ, ਸਾਇਲੈਂਟ ਹੀ ਰਹਿਣਾ, ਕੁਛ ਨਹੀਂ ਪਤਾ ਹੈ ਕਿ ਹੱਸਦਾ ਘਰੋਂ, ਰੋਣਾ ਤਾਂ ਮੈਂ ਤਾਂ ਹੁਣ ਜਦੋਂ ਦਾ ਐਕਸੀਡੈਂਟ ਹੋਇਆ ਮੈਂ ਰੋਇਆ ਨਹੀਂ ਉਦੋਂ ਦਾ, ਅੰਦਰੋਂ ਅੰਦਰ ਹੀ ਰੋਣਾ, ਉੱਦਾਂ ਨਹੀਂ ਰੋਣਾ ਆਉਂਦਾ ਮੈਨੂੰ, ਆਉਂਦਾ ਹੀ ਨਹੀਂ ਰੋਣਾ, ਜਿੰਨਾ ਮਰਜ਼ੀ ਮੈਂ ਰੋਈ ਜਾਵਾਂ, ਜੋ ਮਰਜ਼ੀ ਕਰੀ ਰੋਣਾ ਆਉਂਦਾ ਹੀ ਨਹੀਂ, ਅੱਖਾਂ 'ਚ ਹੰਝੂ ਨਹੀਂ ਆਉਂਦੇ, ਬਿਲਕੁਲ ਪੂਰਾ ਜ਼ਿਆਦਾ ਕਿਤੇ ਜ਼ੋਰ ਲਾਵਾਂ ਕਿਤੇ ਇੱਕ ਅੱਧਾ ਹੰਝੂ ਡਿੱਗੂਗਾ, ਉਹਨੇ ਤਾਂ ਨਹੀਂ, ਪੱਥਰ ਜਿਹਾ ਬਣ ਗਿਆ ਅੰਦਰੋਂ, ਜੇ ਕੋਈ ਦੁੱਖ ਵੀ ਦੇਖ ਲਾ ਤਾਂ ਉੱਤੇ ਰੋਣਾ ਨਹੀਂ ਹੁੰਦਾ, ਅੰਦਰੋਂ ਰੋਈ ਜਾਂਦਾ ਮੈਂ, ਪਰ ਮੇਰੇ ਹੰਝੂ ਨਹੀਂ ਡਿੱਗਦੇ, ਤਕਲੀਫ ਹੁੰਦੀ ਪਰ ਹੰਝੂ ਨਹੀਂ ਆਉਂਦੇ, ਅੰਦਰ ਹੰਝੂ ਨਹੀਂ ਆਉਂਦਾ ਕੋਈ ਵੀ ਹਜੇ ਤੱਕ, ਉਹ ਵੀ ਮੈਡੀਸਿਨ ਚੱਲਦੀ ਆ, ਟਾਈਮ ਲੱਗਣਾ, ਫਿਰ ਵੀ ਬਹੁਤ ਸ਼ੁਕਰ ਕਰਦੇ ਕਿ ਇੰਨੇ ਇੱਥੇ ਘਰ ਆ ਗਏ ਹਾਂ, ਨਹੀਂ ਤਾਂ ਜਿੱਦਾਂ ਦੇ ਹਾਲਾਤ ਉੱਥੇ ਮੈਂ ਦੇਖੇ ਆ ਕਿ ਬਹੁਤ ਔਖੇ ਆ, ਦੁਨੀਆ ਬਹੁਤ ਤੰਗ ਹੈਗੀ ਆ, ਜੇ ਕਿਸੇ ਨੇ ਮਤਲਬ ਕਿ ਨਰਕ ਸਵਰਗ ਦੇਖਣਾ ਤਾਂ ਹੋਸਪਿਟਲਾਂ 'ਚ ਜਾ ਕੇ ਦੇਖੋ, ਉੱਥੇ ਪਤਾ ਲੱਗਦਾ ਕਿ ਕੀ ਨਰਕ ਅਤੇ ਕੀ ਸਵਰਗ। ਇਸ ਲਈ ਹਰ ਇੱਕ ਲਈ ਚੰਗਾ ਹੀ ਸੋਚੋ ਅਤੇ ਚੰਗਾ ਹੀ ਕਰੋ, ਕਿਸੇ ਦਾ ਮਾੜਾ ਨਾ ਸੋਚੋ, ਬਸ ਆਪਾਂ ਤਾਂ ਇਹੀ ਦੇਖਿਆ ਹੋਸਪਿਟਲ ਦੇ ਵਿੱਚ ਕਿ ਦੁਨੀਆ ਬਹੁਤ ਤੰਗ ਹੈਗੀ ਆ, ਕੋਈ ਵਿਚਾਰਾ ਮੰਜੇ 'ਤੇ ਕਦੀ ਲੱਤ ਬਾਂਹ ਟੁੱਟ ਗਈ, ਲੱਤਾਂ ਟੁੱਟ ਗਈਆਂ ਮੰਜੇ 'ਤੇ, ਕਦੀ ਬਾਂਹ ਟੁੱਟ ਗਈ ਆ, ਬਹੁਤ ਦੁਨੀਆ ਤੰਗ ਹੈਗੀ ਆ, ਬਹੁਤ ਔਖਾ ਟਾਈਮ ਕਰਿਆ, ਅਸੀਂ ਤਾਂ ਪਰਮਾਤਮਾ ਦਾ ਹੀ ਨਾਂ ਲਈਦਾ ਸੀ, ਜਦੋਂ ਮੇਰਾ ਐਕਸੀਡੈਂਟ ਹੋਇਆ ਉਦੋਂ ਹੀ ਮੈਂ ਮੋਟਰਸਾਈਕਲ 'ਤੇ ਜਾਂਦੇ ਜਾਂਦਾ ਨਾ, ਏਕ ਓਂਕਾਰ ਦਾ ਪਾਠ ਕਰਦਾ ਹੀ ਜਾਂਦਾ, ਮੇਰੀ ਆਦਤ ਸੀਗੀ, ਮੈਂ ਏਕ ਓਂਕਾਰ ਦਾ ਪਾਠ ਜਿਹੜੇ ਮੋਟਰਸਾਈਕਲ ਨੂੰ ਮੈਂ ਫੜ ਲਿਆ, ਏਕ ਓਂਕਾਰ ਦਾ ਪਾਠ ਕਰਨਾ ਸ਼ੁਰੂ ਕਰ ਦੇਣਾ, ਖਰੇ ਉਹ ਉੱਦਾਂ ਹੀ ਉਹਦੇ ਨਾਲ ਹੀ ਮੇਰਾ ਬਚਾਅ ਹੋ ਗਿਆ, ਮੈਂ ਇਹਦੀ ਪਾਠ ਹੁਣ ਵੀ ਮੈਂ ਜਾਂਦਾ ਕਿ
कि कोई भी इदा जरा परमात्मा ने बचा लिया समझ लो ये तो परमात्मा का शुकराना करते हैं हर राह उन्हें बनाया साढ़े लिए जो भी है। अच्छा भैन जदों लोग ये कहते कि इन्हें बचना नहीं है जा कोमा च जाना है ना बहुत वड्डी गल रेयर केसिस होंगे अपने आले दुआले जो आप देखिए है ना तो उदों तुहानू विश्वास सीगा वी जड़ा प्यार है जड़ा हौसला तुहाडा इन्हां नू फिर ये चलन फिरन लग जाएंगे फिर जड़े ठीक हो जाएंगे तुहानू विश्वास सीगा। हाँ जी मैं विश्वास सी और परमात्मा दे विश्वास सी कि ये नाम तो जपण हटते नहीं ना परमात्मा का किन्ना नाम जपते हैं उत्ते विश्वास रखते हैं इन्हां दा बचा कर ही देना परमात्मा ने। हाँ जी इन्ना बहुत विश्वास सी अपने परमात्मा दे विश्वास सी कि ठीक हो जाना। हाँ जी इन्ना कि 6 महीने थोड़ा लापे से नहीं तो सारे कहिंदे सी कि इहनू 3-4 साल लग ही जाने आ कोई कहिंदे 10 साल लग जाने आ है ना जिद्दां दे हालात आ खर मंजे ते ही रहना आ सारिआं दा इही सी पर 6 महीनिआं बाद इह थोड़ा होण लापे सी तुरन तरन लापे सी। हाँ जी हाले तक भी इन्हां नू हुण भी थोड़ी दिमाग ते इन्हां नू गुस्सा गस्सा आ जांदा आ हुण भी कई वेले खिझ जांदे आ फिर दा पता नहीं लगदा की आ ओह तां चलो मैनूं पता ही आ ना मैं सह लैनी हुंनी आ कई वेले बहुत बोलदे आ इह कई वेले चलो दिमाग दवाई चलती है हले तो कई वेले जो इन्होंने दवाई दवुई ना खाधी हो ना फिर बहुत गुस्से च बोलते हैं। हाँ जी और कितना टाइम हुण मेडिसिन चलन हूँ थोड़ा जहा हाथ टाइट से फिर दिखा भी नहीं हो डॉक्टर हूँ सिर वाले न। अच्छा। फिर हाँ जी थोड़ा जहा हाथ सौखा होगा फिर एक बार दिखा होर क्योंकि दवाई बहुत महंगी आती प्राइवेट हॉस्पिटल है ना दवाई इन्हों की महीने की आ जाती है 2500 की फिर औखा हो जाता साढ़े लिए हूँ थोड़ा दिखावे। हाँ जी हफ्ते की या महीने की 12,000 की बनती है तो उस दिमाग दी ना सारिया जिन्नी दवाइया टोटली महंगी है तो मैं इदा करता कि घर का खर्चा भी करता है जो दवाई 1 महीने दे तो उन्होंने 1 महीने दिन 2 महीने च खाईदा सगा इदा कर करके फिर 2 महीने 3 महीने च खाने शुरू करती हूँ मैं 2 दिन छड़ के कितने करना मैं कोई गल नहीं गुस्सा आता आई जाने कुछ नहीं होंगे मतलब कि दवाई छड़ना चाहते हैं हौली हौली कि इदा ही नैचुरल तौर पर ठीक हो जाइए तो वधिया गल आ। हाँ जी हाँ जी पर फिर भी निकी निकी गल तो इन्ना गुस्सा आ जाता कि जे कोई चीज़ हाथ में तो वह भी मैं अगले के सिर च मार सकता इन्ना गुस्सा आ जाता कंट्रोल नहीं रहता माइंड कंट्रोल नहीं रहता है माइंड से बहुत ज्यादा गुस्सा आना पता नहीं लगता मैं करने की दिया है जो दवाई जो खाधी है मेडिसिन सेहत वास्ते कुछ भी फिर तो मैं ठीक है कोई प्रॉब्लम नहीं फिर मैं सही रहना है। हुण कितना टाइम हो गया एक्सीडेंट होने ना हो गया हुण टाइम 2 साल हो गए ना। अच्छा 2 साल कदी सी हुण तां 3 साल दी हो गई। हां जी 2 साल तां हो गए पर फिर भी गुस्सा बहुत चढ़ता है इन्हां नूं मतलब की तकरीबन वह भी दवाई टाइम सर नहीं खाने देना प्रॉब्लम हैगी है शायद जो आप लगातार खाते रहते तो ठीक हो जाते छेती छेती ठीक हो जाते बट फिर भी सारे खर्चे देखने पैंते घर का भी देखना पैना सारा कुछ तो फिर मैं ता करके मेडिसिन जी अद्धी करके खाना है तोड़ तोड़ के हूँ देखते हैं परमात्मा की कृपा ने कोई दिखाड़ा जाके फिर दोबारा डॉक्टर के कोल देते की कहें है आप नहीं जाने कोई टैसट ना कह दे अगला दया टैसट होना इदा होना आप डरते नहीं जाने अगले को। चलो वाहेगुरु करे जल्दी तुसी सेहतयाब होवो जल्दी जल्दी तुसी है ना ठीक हो जाओ। एक मैं होर गल पुछनी चाहनी लास्ट दे विच लोक धीआं नूं ढिड्ड च मार दिंदे आ है ना ते धीआं ही हुंदियां जिहड़ियां मापिआं दा सहारा बणदियां है ना दुख सुख च साथ दिंदियां। तुहाडी धी छोटी सीगी समझ इन्नी नहीं सीगी जिन्नी उहने समझ तों वध कम कीता क्योंकि मैं जिद्दां मैं सी ना धी अपनी माँ दी मैं अपनी मम्मी दा दुख देखिआ सारा ही मेरे डैडी तो छोटे हुंदे ते गुजर गए ही मैं उसले हुणी आ 12 साल की होनी है 10-12 साल की तो मैं अपनी मम्मी का दुख पता सी ते धी ने जो माँ नाल अपने दुख वंडा लेना वह किसी ने नहीं वंडाना क्योंकि मैं अपनी माँ जो वंडाया उ मैं पता सी कि मेरी यही सी साडा कि साडे पहली धी कुड़ी होवे कि साडे कुड़ी होवे कुड़ियां क्योंकि दुख वंडाउंदियां ही अपनी मावां नाल क्योंकि मैं जो वंडाया मैनूं तां सी कि मेरी धी भी मेरे नाल वंडाऊगी ना जानी मम्मी नाल मैं वंडाया तां फिर मेरी कुड़ी ने मेरा बहुत साथ दिता हमेशा खुश ही रखदी मैनूं ते ना ही वह जे दुख साडा सुन लवे या देख लवे तो रोन लग पैंदी आ। हुण भी असीं गल्लां करदे पहलां भी जदों गल्लां करदे सी रोन लग गए हुण अज भी रोन अज भी रोन ही लग पई वे उहनूं थोड़ा सैड नूं करना पिआ साडे गल्लां नहीं सुन सकदी दुख वालियां हले 3 साल दा बच्चा भी कुछ नहीं हुंदा उहनूं बैठिआं नूं समझ आ जांदी सारा कुछ किहड़ियां गल्लां कर रहे उस टाइम दीआं कर रहे ने उहनूं सारा याद ही है इहनूं की होया किद्दां मम्मा ने कीता सब कुछ की कीता जां नाल ही सी ना वी इहनूं सारा याद आ इहनूं हुण जे असीं गल्लां छेड़ लईए तां रोण लग पैंदी असीं इहदे सामणे गल नहीं करी दी आपणी। हाँ जी फिर कितना चिर 2 दिन तां सोचदी रहिणा कई वेल बुखार भी चढ़ा लैंदी आ। अच्छा बस आही हासा खेड़ वाली गल्लां ही करी दियां कुड़ी ना कि बस
ਜੋ ਹੋ ਗਿਆ ਚਲੋ ਹੋ ਗਿਆ, ਆਪਣਾ ਅਗਲਾ ਟਾਈਮ ਦੇਖੀਏ ਕਿੱਦਾਂ ਕੱਢਣਾ ਹੈਗਾ। ਹੁਣ ਉਹ ਵੀਡੀਓ ਵੀਡੀਓ ਬਣਾ ਲਈਦੀਆਂ ਕੁੜੀ ਦੇ ਨਾਲ, ਸਮ ਕੋਲ ਕਰ ਲਈਦਾ ਹੈਗਾ, ਬਾਕੀ ਸਾਰਾ ਕੁਛ ਠੀਕ ਹੀ ਹੈ। ਪੜ੍ਹਾਈ ਵੀ ਕਰਦੀ ਹੈਗੀ ਵਧੀਆ ਹੈਗੀ ਆ, ਸਟੱਡੀ ਤਾਂ ਤਕਰੀਬਨ ਉਹਨੂੰ ਕਾਫੀ ਮਤਲਬ ਕਿ ਤੇਜ਼ ਹੈਗੀ ਸਟੱਡੀ ਨੂੰ, ਹਰ ਇੱਕ ਚੀਜ਼ ਏ ਬੀ ਸੀ ਏ ਟੂ ਜੈਡ 1 2 3 ਜੋ ਵੀ ਸਾਰਾ ਕੁਛ ਆਉਂਦਾ ਹੀ ਆ ਉਹਨੂੰ ਤਕਰੀਬਨ। ਫਿਰ ਵੀ ਅਸੀਂ ਸਟੱਡੀ 'ਤੇ ਜ਼ੋਰ ਹੀ ਦੇਈਦਾ ਉਹਦਾ। ਫਿਰ ਜਿੱਦਾਂ ਉਹਨੂੰ ਕੋਈ ਵੀਡੀਓ ਜੇ ਬਣਾਈ ਦੀ ਕੋਈ ਕਮੈਂਟ ਕਰਨਾ ਪੈਂਦਾ, ਇਹਨੂੰ ਪੜ੍ਹਾ ਲਓ, ਕੀ ਕਰਨਾ ਕੁੜੀ ਨੂੰ ਪੜ੍ਹਾ ਲਓ, ਇੱਦਾਂ ਗਲਤ ਕਮੈਂਟ ਕਰਦੇ ਰਹਿੰਦੇ ਆ। ਉਹ 3 ਸਾਲ ਦੀ ਕੁੜੀ ਆ, ਉਹਨੂੰ ਗਲਤ ਕਮੈਂਟ ਕਰਦੇ ਰਹਿੰਦੇ ਸੀ, ਲੋਕਾਂ ਦਾ ਹਾਲ ਦੇ ਲੁਕੀ ਆ। ਬੁਰਾ ਲੱਗਦਾ ਫਿਰ ਜਦੋਂ ਵਾਈਫ ਨੂੰ, ਬੱਚੀ ਨੂੰ, ਹੈ ਨਾ, ਧੀ ਆ ਉਹ, ਇਹ ਤੁਹਾਡੀ ਵਾਈਫ ਆ, ਇਹਨਾਂ ਨੂੰ ਬੁਰਾ ਕਹਿੰਦੇ ਲੋਕ? ਹਾਂਜੀ, ਬੁਰਾ ਤਾਂ ਬਹੁਤ ਲੱਗਦਾ ਹੈਗਾ, ਜਿਹੜਾ ਤਾਂ ਸੜਦੂ ਦਾ ਦੇਖਣ ਦਾ ਟਾਈਮ ਨਹੀਂ, ਜੇ ਕੋਈ ਦੇਖ ਲਈ ਤਾਂ ਫਿਰ ਅਸੀਂ ਉਹਨੂੰ ਡਿਲੀਟ ਕਰ ਦਈਦਾ, ਕਿਉਂਕਿ ਝੱਲ ਨਹੀਂ ਹੁੰਦਾ ਕੀ ਲਿਖਿਆ ਕੀ ਨਹੀਂ। ਲੋਕ ਇੰਨੇ ਗੰਦੇ ਲੋਕ ਆ, ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ। ਅਸੀਂ ਕਿਸੇ ਨੂੰ ਕੋਈ ਕਮੈਂਟ ਕਰਨਾ ਹੋਵੇ ਤਾਂ 100 ਵਾਰੀ ਸੋਚੀਦਾ ਕਿ ਇਹਨੂੰ ਕਮੈਂਟ ਕਰਨਾ, ਵੀ ਧੀ ਭੈਣ ਸਾਡੀ ਜਿਹੜੀ ਭੈਣਾਂ ਅਰਗੀ ਆ, ਕਿਵੇਂ ਕਿੱਦਾਂ ਕਿਉਂ ਗਲਤ ਕਮੈਂਟ ਕਰੀਏ ਅਸੀਂ? ਸਾਡੀ ਤਾਂ ਐਕਟਿੰਗ ਆ ਨਾ, ਜੋ ਵੀ ਅਸੀਂ ਕਰਦੇ ਉਹ ਐਕਟਿੰਗ ਆ ਸਾਡੀ। ਉਹ ਜੇ ਕਿਸੇ ਚੰਗੇ ਘਰ ਦਾ ਹੁੰਦਾ ਤਾਂ ਉਹਨੂੰ ਕਹਿਣਾ ਲੈ ਵੀ ਐਕਟਰ ਆ, ਜੇ ਕੋਈ ਮਾੜੇ ਘਰ ਦਾ ਤਾਂ ਉਹਨੂੰ ਐਕਟਿੰਗ ਨਹੀਂ, ਉਹਨੂੰ ਲੁੱਚਪੂਣਾ ਕਹਿੰਦੇ ਆ, ਕੰਜਰਖਾਨਾ ਕਹਿੰਦੇ ਲੋਕ। ਇਹ ਹਾਲਾਤ ਆ ਲੋਕਾਂ ਦੇ ਅੱਜ ਕੱਲ੍ਹ। ਜੇ ਇਹ ਕੁੜੀ ਤਕੜੇ ਘਰੋਂ ਹੁੰਦੀ ਤਾਂ ਨਹੀਂ ਕਹਿਣਾ ਲੈ ਵੀ ਕੁੜੀ ਕਿੰਨੀ ਤੇਜ਼ ਆ ਐਕਟਿੰਗ, ਕਿੰਨੀ ਵਧੀਆ ਕਰਦੀ, ਐਂ ਕਰਦੀ ਉਹ ਕਰਦੀ। ਹੁਣ ਪਤਾ ਕਿ ਇਹ ਮਾੜੇ ਘਰੋਂ ਆ, ਕਿ ਇਹਨੂੰ ਬੋਲਣਾ ਨਹੀਂ ਹੈਗਾ ਕਿ ਚਲੋ ਜੀ ਜੇ ਉਹ ਮਰਜ਼ੀ ਵਿੱਚ ਲਿਖੀ ਜਾਓ ਕਮੈਂਟਾਂ ਦੇ ਵਿੱਚ। ਇਹ ਆ ਲੋਕਾਂ ਦਾ ਹਾਲ ਵਿੱਚ। ਬੰਦੇ ਬਹੁਤ ਵਧੀਆ ਵੀ ਹੈਗੇ ਆ, ਕੋਈ ਮਾੜੇ ਵੀ ਨਹੀਂ ਹੈਗੇ ਜ਼ਿਆਦਾ। ਉਹੀ ਮਤਲਬ ਕਿ 2% ਹੁੰਦੇ ਹੀ ਆ ਗੰਦੇ ਲੋਕ ਜਿਹੜੇ ਹੁੰਦੇ, ਜਿਹਨਾਂ ਨੂੰ ਕੁਛ ਪਤਾ ਨਹੀਂ ਹੁੰਦਾ ਕਿ ਕਿਸੇ ਦੀ ਭੈਣ ਦੀ ਨਾ ਮਾਂ ਦੀ ਇੱਜ਼ਤ ਦਾ ਪਤਾ ਨਹੀਂ ਹੁੰਦਾ ਉਹਨਾਂ ਨੂੰ, ਉਹ ਹੀ ਗਲਤ ਕਮੈਂਟ ਕਰਦੇ ਆ। ਬਾਕੀ ਤਾਂ ਲੋਕ ਬਹੁਤ ਚੰਗੇ ਵੀ ਹੈਗੇ ਆ। ਸਾਨੂੰ ਫੋਨ ਆਉਂਦੇ ਆ ਬਾਹਰੋਂ, ਅਮਰੀਕਾ ਤੋਂ ਵੀ ਆਏ ਫੋਨ, ਬਹੁਤ ਜਾਣੇ ਪੁੱਛਦੇ, ਕਹਿੰਦੇ ਬਹੁਤ ਵਧੀਆ ਲੱਗਦਾ ਇੱਦਾਂ ਹੀ ਵਲੌਗ ਬਣਦਾ, ਮਿੱਟੀ ਮੁੱਟੀ ਦਾ ਸਾਰਾ ਕੁਝ ਦਿਖਾ ਲਈਦਾ। ਬਹੁਤ ਜਾਣੇ ਦੇ ਰਾਤ ਨੂੰ ਫੋਨ ਆਉਂਦੇ ਹੈਗੇ ਆ, ਕੈਨੇਡਾ ਤੋਂ ਵੀ 2-3 ਵਾਰੀ ਫੋਨ ਆਏ। ਤਾਂ ਵੀ ਖੁਸ਼ ਰਹਿੰਦੇ ਆ। ਹਾਂਜੀ, ਮੈਨੂੰ ਬਹੁਤ ਲੋਕਾਂ ਨੇ ਫੋਨ ਆਏ, ਬਾਹਰੋਂ ਫੋਨ ਆਏ ਕਿ ਤੁਸੀਂ ਕੀ, ਇੰਨਾ ਦੁੱਖ ਵੀ ਆ ਤੁਹਾਨੂੰ, ਹੈ ਨਾ, ਤੁਹਾਡਾ ਘਰ ਵੀ ਨਹੀਂ ਸੋਹਣਾ ਹੈਗਾ, ਕੱਚਾ ਘਰ ਆ, ਫਿਰ ਵੀ ਤੁਸੀਂ ਮਿੱਟੀ ਲੈਣ ਚੁੱਲ੍ਹੇ ਵਾਲੇ ਬਣਾਉਣ ਲਈ ਲੈ ਕੇ ਜਾਂਦੇ ਆ, ਕਿੰਨੇ ਖੁਸ਼ ਆ, ਹੈ ਨਾ, ਕਿ ਬੰਦੇ ਨੂੰ ਇੰਨਾ ਪੈਸਾ ਹੋਣ ਦੇ ਬਾਵਜੂਦ ਵੀ ਬੰਦਾ ਇੰਨਾ ਦੁਖੀ ਆ, ਕਿ ਤੁਸੀਂ ਫਿਰ ਵੀ ਕਿੰਨੇ ਖੁਸ਼ ਰਹਿੰਦੇ ਆ। ਇੱਦਾਂ ਬੋਲੋ, ਇੰਨਾ ਹੜ ਤੋਂ ਪੈਸਾ ਆਇਆ, ਅਸੀਂ ਫਿਰ ਵੀ ਇੱਦਾਂ ਹੀ ਆ, ਮਤਲਬ ਕਿ ਲੋਕ ਇਹ ਗੱਲਾਂ ਕਰਦੇ ਵੀ ਤੁਸੀਂ ਹੱਸਦੇ ਰਹਿੰਦੇ ਹਰ ਵੇਲੇ ਵੀਡੀਓ 'ਚ, ਅਸੀਂ ਦੇਖੀਦਾ ਕਿ ਵਾਈਫ ਅਤੇ ਵਾਈਫ ਮੇਰੀ ਦਾ ਕਿ ਹੱਸਦੀ ਰਹਿੰਦੀ ਆ, ਕਿ ਇਹਨੂੰ ਕੋਈ ਹੈ ਹੀ ਨਹੀਂ ਕਿ ਮੇਰਾ ਜਾਂ ਇੱਦਾਂ ਜਾਂ ਉੱਦਾਂ, ਕੋਈ ਪੈਸੇ ਦੀ ਟੈਨਸ਼ਨ ਹੈ ਹੀ ਨਹੀਂ ਹੈਗੀ। ਕਹਿੰਦੇ ਸਾਡੇ ਦਿਨ ਪਿਆ ਸੀ, ਸਾਨੂੰ ਤਾਂ ਵੀ ਟੈਨਸ਼ਨ ਹੀ ਪਈ ਰਹਿੰਦੀ ਆ, ਇੱਦਾਂ ਉਹ ਤਾਂ ਐਂ। ਫਿਰ ਉਹ ਚੀਜ਼ ਵਧੀਆ ਲੱਗਦੀ ਵੀ ਪਰਮਾਤਮਾ ਨੇ ਸਬਰ ਬਹੁਤ ਦਿੱਤਾ, ਹੈ ਨਾ। ਅਸੀਂ ਉੱਦਾਂ ਪਰਮਾਤਮਾ ਨੇ ਸਬਰ ਵੀ ਦਿੱਤਾ ਹੈ, ਪਰਮਾਤਮਾ ਨਾ ਵੀ, ਕਿਸੇ ਨੂੰ ਅਸੀਂ ਜਵਾਬ ਦੇਈਦੇ ਨਹੀਂ, ਜੇ ਕੋਈ ਬੋਲਦਾ ਬੋਲਣ ਤਾਂ ਕੋਈ ਗੱਲ ਨਹੀਂ, ਬਸ ਪਰਮਾਤਮਾ ਨੇ ਆਪੇ ਜਵਾਬ ਦੇਣਾ ਜਿਹਨੂੰ ਦੇਣਾ, ਆਪਾਂ ਨੇ ਜਵਾਬ ਦੇਣਾ, ਪਰਮਾਤਮਾ ਨੇ ਦੇਣਾ ਜਿਹਨੂੰ ਜਵਾਬ ਦੇਣਾ, ਬਸ ਆਪਾਂ ਤਾਂ ਇਹੀ ਸੋਚਿਆ ਹੈ। ਬਹੁਤ ਚੰਗਾ ਜਵਾਬ ਦੇਣਾ ਆਪਣੇ ਮੂੰਹੋਂ ਕਿਸੇ ਨੂੰ ਵੀ, ਪਰਮਾਤਮਾ ਆਪੇ ਦਊਗਾ ਜਵਾਬ। ਬਹੁਤ ਵਧੀਆ ਲੱਗਾ ਗੱਲਬਾਤ ਕਰਕੇ, ਤੇ ਬਹੁਤ ਬਹੁਤ ਸ਼ੁਕਰੀਆ ਟਾਈਮ ਦਿੱਤਾ ਸਾਨੂੰ ਗੱਲਬਾਤ ਕੀਤੀ, ਥੈਂਕ ਯੂ ਸੋ ਮਚ। ਤੁਹਾਡਾ ਸਾਰਿਆਂ ਦਾ, ਘੈਂਟ ਪੰਜਾਬੀ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੈਂ, ਕਿ ਸਾਡੀ ਤੁਸੀਂ ਇੰਟਰਵਿਊ ਕੀਤੀ ਹੈਗੀ ਆ, ਤੁਹਾਡਾ ਬਹੁਤ ਬਹੁਤ ਥੈਂਕਸ ਜੀ। ਮੈਮ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਧੰਨਵਾਦ ਮੈਮ ਤੁਹਾਡਾ ਜੀ। ਸੋ ਜੀ, ਇਹ ਸਾਡੇ ਨਾਲ ਬਹੁਤ ਵਧੀਆ ਕਪਲ ਸੀਗਾ, ਬਹੁਤ ਮੋਟੀਵੇਸ਼ਨਲ ਸੀਗੀ ਇਹਨਾਂ ਦੀ ਸਟੋਰੀ, ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਨਾ। ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਬੰਦੇ ਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ। ਬਹੁਤ ਤਰ੍ਹਾਂ ਦੇ ਇਹਨਾਂ ਦੇ ਜਿਹੜੇ ਹੈਗੇ ਜ਼ਿੰਦਗੀ ਦੇ ਵਿੱਚ ਬਹੁਤ ਤਰ੍ਹਾਂ ਦੇ ਹਾਲਾਤ ਜਿਹੜੇ ਉਹ ਫੇਸ ਕੀਤੇ ਆ, ਸਟਿੱਲ ਕਰ ਵੀ ਰਹੇ ਨੇ, ਪਰ ਖੁਸ਼ ਨੇ। ਜਿਹਦੇ ਨੂੰ ਸਾਡੇ ਚੈਨਲ ਮਿਲਦੇ ਹੋ ਇਜਾਜ਼ਤ, ਸਤਿ ਸ਼੍ਰੀ ਅਕਾਲ।